ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਅੱਜ ਦੇ ਇਸ ਮੁੱਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਖਬਰਾਂ ਦੀ ਖਬਰ ਆਪ ਤੱਕ, ਆਪ ਦੇ ਵਿਚਾਰ ਸਾਡੇ ਤੱਕ, ਔਰ ਇਹ ਮਿਲ ਕੇ ਉਸ ਸੋਮੇ 'ਤੇ ਜਿੱਥੋਂ ਇਹ ਸਾਰੀਆਂ ਪੋਲਿਸੀਜ਼ ਘੜੀਆਂ ਜਾਂਦੀਆਂ ਹਨ ਉਹਦੇ ਬਾਰੇ ਇਹ ਪ੍ਰੋਗਰਾਮ, ਆਪ ਦਾ ਪ੍ਰੋਗਰਾਮ, ਆਪ ਦੀ ਨਜ਼ਰ ਹੈ। MF ਹੁਸੈਨ, ਮਕਬੂਲ ਫਿਦਾ ਹੁਸੈਨ, ਜਿਹੜੇ ਆਪਣੀਆਂ ਸਾਰੀਆਂ ਕਲਾਕ੍ਰਿਤੀਆਂ ਕਰਕੇ ਹਮੇਸ਼ਾ ਚਰਚਾ ਦੇ ਵਿੱਚ ਰਹੇ, ਔਰ ਉਹਨਾਂ ਦੀਆਂ ਕਲਾਕ੍ਰਿਤੀਆਂ ਕਰਕੇ ਖਾਸ ਕਰਕੇ RSS, BJP, ਸ਼ਿਵ ਸੈਨਾ ਵਗੈਰਾ ਉਹਨਾਂ ਦੇ ਉੱਤੇ ਆਪਣੇ ਪੂਰੇ ਜ਼ੋਰ ਦੇ ਨਾਲ ਬਰਸਦੇ ਰਹੇ, ਕਿਉਂਕਿ ਉਹਨਾਂ ਦੀਆਂ ਕਲਾਕ੍ਰਿਤੀਆਂ ਦੇ ਵਿੱਚ ਹਿੰਦੂ ਦੇਵੀ ਦੇਵਤਿਆਂ ਦੀ ਜਿਸ ਢੰਗ ਨਾਲ ਉਹਨਾਂ ਨੇ ਚਿੱਤਰਣ ਕੀਤਾ, ਉਹ ਭਾਰਤੀ ਸਮਾਜ ਦੇ ਵਿੱਚ ਜਾਂ ਖਾਸ ਕਰਕੇ ਜਿਹਨਾਂ ਨੂੰ ਪੂਜਨੀਕ ਹਸਤੀ ਮੰਨਿਆ ਜਾਂਦਾ ਹੈ ਉਹਨਾਂ ਨੂੰ ਕਦੀ ਵੀ ਉਸ ਢੰਗ ਨਾਲ ਨਹੀਂ ਸੋਚਿਆ ਜਾ ਸਕਦਾ। ਪਰ ਉਹ ਹਮੇਸ਼ਾ ਹੀ ਵਿਵਾਦਾਂ ਵਿੱਚ ਰਹੇ, ਔਰ ਉਹਨਾਂ ਦਾ ਉਹ ਚਿੱਤਰ ਜਿਸ ਵੇਲੇ ਇੱਕ ਉਹਨਾਂ ਨੇ ਖਾਸ ਚਿੱਤਰ ਬਣਾਇਆ ਸਾਕਾ ਨੀਲਾ ਤਾਰਾ ਦੇ ਬਾਅਦ, ਜਿਹਦੇ ਵਿੱਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ, ਜਦੋਂ ਉਹਨਾਂ ਨੂੰ ਮਕਬੂਲ ਫਿਦਾ ਹੁਸੈਨ ਨੇ ਦੁਰਗਾ ਮਾਤਾ ਦੇ ਰੂਪ ਵਿੱਚ ਚਿੱਤਰਣ ਕੀਤਾ ਸੀ, BJP, RSS ਔਰ ਸਾਰੀਆਂ ਸੰਸਥਾਵਾਂ ਨੇ, ਸਾਰਿਆਂ ਨੇ ਮਿਲ ਕੇ ਉਹਨਾਂ ਦੀ ਬੜੀ ਸ਼ਲਾਘਾ ਕੀਤੀ ਸੀ। ਪਰ ਬਾਅਦ ਵਿੱਚ ਉਹ ਉਹਨਾਂ ਲਈ ਇੱਕ ਐਸੇ ਹੋ ਗਏ ਜਿਹਦਾ ਨਾਂ ਵੀ ਉਹ ਨਹੀਂ ਸੀ ਲੈਣਾ ਚਾਹੁੰਦੇ, ਔਰ ਆਖਰ ਉਹਨਾਂ ਨੇ ਆਪਣਾ ਸਿਟੀਜ਼ਨਸ਼ਿਪ ਵੀ, ਨਾਗਰਿਕਤਾ ਵੀ ਛੱਡ ਦਿੱਤੀ, ਔਰ ਲੰਡਨ ਦੇ ਵਿੱਚ ਉਹਨਾਂ ਦਾ ਸਵਰਗਵਾਸ ਹੋਇਆ। ਉਹਨਾਂ ਦੀਆਂ ਬਣਾਈਆਂ ਹੋਈਆਂ ਕੁਛ ਕੁ ਕਲਾਕ੍ਰਿਤੀਆਂ ਅਸੀਂ ਬਹੁਤ ਤੇਜ਼ੀ ਨਾਲ ਆਪ ਨੂੰ ਵਿਖਾਉਣਾ ਚਾਹਵਾਂਗੇ। ਉਹ ਆਪ ਘੱਟੋ ਘੱਟ ਜਿਹੜੀਆਂ ਕਲਾਕ੍ਰਿਤੀਆਂ ਮਕਬੂਲ ਫਿਦਾ ਹੁਸੈਨ ਨੂੰ ਜਿਹਨਾਂ ਨੇ ਸਿਖਰ ਤੱਕ ਪਹੁੰਚਾਇਆ, ਜਿਹਨਾਂ ਦੀ ਤਾਰੀਫ ਵੀ ਹੋਈ, ਪਰ ਜਿਹਨਾਂ ਦੇ ਉੱਤੇ ਫੁੱਲ ਵੀ ਵਰਸਾਏ ਗਏ ਔਰ ਪੱਥਰ ਵੀ ਵਰਸੇ, ਉਹ ਕੁਛ ਕਲਾਕ੍ਰਿਤੀਆਂ ਆਪ ਦੀ ਨਜ਼ਰ ਹਨ। ਉਹ ਅਸੀਂ ਆਪ ਨੂੰ ਫੋਟੋਆਂ ਕੋਸ਼ਿਸ਼ ਕਰਦੇ ਹਾਂ, ਜੇਕਰ ਉਹ ਵਿਖਾ ਸਕੀਏ ਤਾਂ ਅਸੀਂ ਉਹ ਦਿਖਾਉਣ ਦੀ ਆਪ ਨੂੰ ਕੋਸ਼ਿਸ਼ ਕਰ ਰਹੇ ਹਾਂ। ਜੀ, ਸਾਰੀਆਂ ਉਹ ਜਿਹੜੀਆਂ ਮਕਬੂਲ ਫਿਦਾ ਹੁਸੈਨ ਦੀਆਂ ਇਹ ਤਸਵੀਰਾਂ ਅਸੀਂ ਆਪ ਨੂੰ ਦਿਖਾਉਂਦੇ ਹਾਂ। ਹਾਂਜੀ, ਇਹ ਜਿਹੜੀਆਂ ਤਸਵੀਰਾਂ ਹਨ ਜੀ, ਵਾਰੀ ਵਾਰੀ ਅਸੀਂ ਆਪ ਨੂੰ ਇਹ ਲਗਾਤਾਰ ਉਹਨਾਂ ਦੀਆਂ ਸਾਰੀਆਂ ਕਲਾਕ੍ਰਿਤੀਆਂ ਦਿਖਾਉਣੀਆਂ ਚਾਹਵਾਂਗੇ ਜੀ, ਜਿਸ ਵਿੱਚ ਜਿਸ ਢੰਗ ਦੇ ਨਾਲ ਉਹਨਾਂ ਨੇ ਇਹ ਸਾਰਾ ਕੁਛ ਚਿੱਤਰਿਆ, ਇਹ ਗੰਗਾ ਜਮਨਾ ਨੂੰ। ਪਰ ਹਰ ਤਸਵੀਰ ਦੇ ਵਿੱਚ ਇੱਕ ਔਰਤ ਦਾ ਚਿੱਤਰਣ ਕੀਤਾ, ਔਰ ਉਸਨੂੰ ਜਿਸ ਰੂਪ ਦੇ ਵਿੱਚ ਕੀਤਾ ਉਹ ਘੱਟੋ ਘੱਟ ਭਾਰਤੀ ਸੰਸਕ੍ਰਿਤੀ ਦੇ ਵਿੱਚ ਜਾਂ ਉਹਨਾਂ ਨੂੰ ਮਾਨ ਨਹੀਂ ਸੀ, ਪ੍ਰਵਾਨ ਨਹੀਂ ਸੀ, ਔਰ ਜਿਸ ਦੇ ਕਰਕੇ ਹੁਸੈਨ ਦੇ ਉੱਤੇ ਕਾਫੀ ਕਈ ਵਾਰ ਹਮਲੇ ਵੀ ਹੋਏ ਔਰ ਕਈ ਦਫਾ ਕਾਫੀ ਕੁਛ ਹੋਇਆ ਜੀ। ਸੋ ਇਹ ਸਨ ਜਿਹੜੀਆਂ ਉਹਨਾਂ ਦੀਆਂ ਕੁਛ ਕਲਾਕ੍ਰਿਤੀਆਂ। ਅਖੀਰ ਦੇ ਵਿੱਚ ਇੱਕ ਖਬਰ ਜਿਹੜੀ ਕਿ ਅਫਸੋਸ ਨਾਲ ਸੁਣੀ ਜਾਏਗੀ, ਉਹ ਹੈ ਪੰਜਾਬ ਦੇ ਮਸ਼ਹੂਰ ਇਤਿਹਾਸਕਾਰ, ਲੇਖਕ, ਲਿਖਾਰੀ, ਔਰ ਜਿਨ੍ਹਾਂ ਨੇ ਕਈ ਸਬਜੈਕਟਸ ਦੇ ਉੱਤੇ ਜਿਨ੍ਹਾਂ ਨੇ ਕੰਮ ਕੀਤਾ, ਔਰ ਜਿਨ੍ਹਾਂ ਦੀ ਕਾਫੀ ਪੁਸਤਕਾਂ ਔਰ ਕਾਫੀ ਲੇਖ ਚਰਚਿਤ ਰਹੇ,
ਡਾਕਟਰ ਹਰਨਾਮ ਸਿੰਘ ਸ਼ਾਨ, ਜਿਹੜੇ ਘੱਟੋ ਘੱਟ ਸ਼ਾਇਦ ਚਾਰ ਵਿਸ਼ਿਆਂ ਦੇ ਵਿੱਚ ਜਿਨ੍ਹਾਂ ਨੇ PhD ਕੀਤੀ ਸੀ ਔਰ ਡਾਕਟਰੇਟ ਸੀ, DLIT ਸਨ, ਔਰ ਉਹਨਾਂ ਦੀ ਅਖੀਰਲੀ ਕਿਤਾਬ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਬਾਰੇ ਪੰਜਾਬ ਸਰਕਾਰ ਨੇ ਉਹ ਕਿਤਾਬ ਛਾਪੀ ਸੀ। ਸਾ ਹਰਨਾਮ ਸਿੰਘ ਸ਼ਾਨ, ਡਾਕਟਰ ਹਰਨਾਮ ਸਿੰਘ ਸ਼ਾਨ ਕੈਂਸਰ ਦੀ ਲੰਬੀ ਬਿਮਾਰੀ ਦੇ ਬਾਅਦ ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਸਵਰਗਵਾਸ ਹੋ ਗਿਆ। ਅਦਾਰਾ ਜਸ ਪੰਜਾਬੀ ਵੱਲੋਂ ਇਸ ਵਿਦਵਾਨ ਨੂੰ ਸਾਡੀ ਸ਼ਰਧਾਂਜਲੀ ਹੈ। ਸੋ ਸਮਾਂ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ, ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਜੇਕਰ ਅੱਜ ਦੇ ਮੁੱਦੇ ਦੇ ਉੱਤੇ ਅਸੀਂ ਆਪਣੇ ਮੁੱਖ ਮਹਿਮਾਨ ਨੂੰ ਨਾਲ ਲੈ ਸਕੀਏ। ਇੱਕ ਮਿੰਟ, ਹਾਂਜੀ, ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਨੂੰ ਅੱਜ ਬਹੁਤ ਹਾਰਦਿਕ ਪ੍ਰਸੰਨਤਾ ਹੈ ਕਿ ਪੰਜਾਬ ਦੇ ਵਾਤਾਵਰਣ, ਪੰਜਾਬ ਦੇ ਸੱਭਿਆਚਾਰ, ਪੰਜਾਬ ਦੇ ਆਮ ਜੋ ਵਿਰਸਾ ਹੈ ਉਸ ਨੂੰ ਜਗ ਜ਼ਾਹਰ ਕਰਨ ਲਈ ਨਾ ਕੇਵਲ ਰਵਾਇਤੀ ਵਿਰਸੇ ਨੂੰ ਹੀ ਬਲਕਿ ਆਧੁਨਿਕ ਔਰ ਆਉਣ ਵਾਲੇ ਸਮੇਂ ਦੀ ਉਸ ਦੇ ਨਾਲ ਦੋਨਾਂ ਨੂੰ ਮਿਲਾਉਣ ਵਾਲੇ ਕੰਪਿਊਟਰ ਯੁੱਗ ਨੂੰ, ਕੰਪਿਊਟਰ ਦੇ ਫੌਂਟਸ ਕਹਿ ਲਓ, ਚਿੱਤਰਕਾਰੀ ਕਹਿ ਲਓ, ਫੋਟੋਗ੍ਰਾਫੀ ਕਹਿ ਲਓ, ਜਾਂ ਹੋਰ ਭਾਵੇਂ ਉਹ ਸੈਰ ਸਪਾਟਾ ਹੋਏ ਜਿਹੜੇ ਅਸਥਾਨ ਹਨ, ਉਹਨਾਂ ਸਾਰਿਆਂ ਦੇ ਬਾਰੇ ਅਗਰ ਕੋਈ ਇਸ ਵੇਲੇ ਤੁਰਦਾ ਫਿਰਦਾ, ਅਗਰ ਇੱਕ ਇਨਸਾਈਕਲੋਪੀਡੀਆ ਹੈ, ਅਗਰ ਵਿਸ਼ਵਕੋਸ਼ ਹੈ, ਉਹ ਸਰ ਜਨਮੇਜਾ ਸਿੰਘ ਜੀ ਜੌਹਲ ਹਨ, ਜਿਹੜੇ ਪਹਿਲਾਂ ਵੀ ਸਾਡੇ ਨਾਲ ਇਸ ਪ੍ਰੋਗਰਾਮ ਵਿੱਚ ਆ ਚੁੱਕੇ ਹਨ। ਸਾਨੂੰ ਬਹੁਤ ਖੁਸ਼ੀ ਹੈ ਕਿ ਜੌਹਲ ਸਾਹਿਬ ਸਾਡੀ ਉਚੇਚੀ ਬੇਨਤੀ ਦੇ ਉੱਤੇ ਵਿਸ਼ੇਸ਼ ਤੌਰ 'ਤੇ ਆਏ ਹਨ। ਜੌਹਲ ਸਾਹਿਬ, ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਜਸ ਪੰਜਾਬੀ 'ਚ, ਅਤੇ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਜੀ ਜੀ, ਜੌਹਲ ਸਾਹਿਬ, ਜਿਵੇਂ ਆਪਨੇ ਦੱਸਿਆ ਸੀ ਕੱਲ੍ਹ ਖਬਰਾਂ ਵਿੱਚ ਵੀ ਇੱਕ ਗੱਲ ਕੀਤੀ ਸੀ, ਪਰ ਉਹ ਜਿਵੇਂ ਕਿਹਾ ਜਾਂਦਾ ਆਂਖੋ ਦੇਖਾ ਹਾਲ, ਉਹ ਤੁਹਾਡੇ ਕੋਲੋਂ ਪਤਾ ਲੱਗੇਗਾ। ਪੰਜਾਬੀ ਜਿੱਥੇ ਵੀ ਜਾਂਦੇ ਹੈ, ਸਿੱਖ ਜਿੱਥੇ ਵੀ ਜਾਂਦੇ ਹੈ, ਉਹ ਗੁਰੂ ਦੀ ਬਖਸ਼ਿਸ਼ ਦੇ ਨਾਲ, ਉਹਨਾਂ ਦੇ ਆਪਣੀ ਪਛਾਣ ਦੇ ਨਾਲ, ਉਹਨਾਂ ਦੀ ਆਪਣੀ ਮਿਹਨਤ ਔਰ ਹੁਬ ਦੇ ਨਾਲ ਉਹ ਆਪਣੀ ਜਗ੍ਹਾ ਬਣਾਉਂਦੇ ਹਨ, ਔਰ ਉਹਨਾਂ ਦੇ ਅੰਦਰ ਉਹ ਰੁਤਬਾ ਹੈ। ਖਾਸ ਕਰਕੇ ਜਦੋਂ ਅਸੀਂ ਦੇਖਦੇ ਹਾਂ ਕੈਨੇਡਾ ਦੇ ਵਿੱਚ, ਇੰਗਲੈਂਡ ਵਿੱਚ ਮੇਅਰ ਬਣਨਾ, ਕੈਨੇਡਾ 'ਚ ਬਹੁਤ ਉੱਚੇ ਅਹੁਦਿਆਂ 'ਤੇ ਚਲੇ ਜਾਣਾ, ਨਿਊਜ਼ੀਲੈਂਡ 'ਚ ਪਹੁੰਚ ਜਾਣਾ, ਅਤੇ ਲੱਗਦਾ ਸੀ ਕਿ ਆਪਣੇ ਵਤਨ ਦੇ ਵਿੱਚ ਕੋਈ ਬਹੁਤੀ ਸੁਣਵਾਈ ਪੰਜਾਬ ਤੋਂ ਬਾਹਰ ਨਹੀਂ। ਪਰ ਜਿਵੇਂ ਖਬਰ ਆਈ ਕਿ ਕਸ਼ਮੀਰ ਦੇ ਵਿੱਚ, ਜਿੱਥੇ ਕਿ ਮੁਸਲਿਮ ਮੈਜੋਰਿਟੀ ਏਰੀਆ ਬਹੁਲ ਇਲਾਕਾ ਹੈ, ਉਹਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਪੰਜ ਸਰਪੰਚ ਚੁਣੇ ਜਾਣੇ, ਪਿੰਡ ਦੀ ਪੂਰੀ ਪੰਚਾਇਤ ਚੁਣੀ ਜਾਣੀ, ਇਹਦਾ ਮਤਲਬ ਇਹ ਕਈ ਨਵੇਂ ਆਯਾਮ, ਕਈ ਡਾਇਮੈਂਸ਼ਨਸ ਖੋਲਦਾ ਹੈ। ਸਿੱਖ ਮੁਸਲਿਮ ਭਾਈਚਾਰੇ, ਸਿੱਖਾਂ ਦੇ ਉੱਤੇ ਭਰੋਸਗੀ, ਸਿੱਖਾਂ ਦੇ ਵਿਸ਼ਵਾਸ, ਇਸ ਬਾਰੇ ਇਹ ਜਿਹੜੀ ਚੰਗੀ ਇੱਕ ਹਵਾ ਜਿਹੜੀ ਪੰਜਾਬ 'ਚੋਂ ਆਈ ਹੈ, ਇਹਦੇ ਬਾਰੇ ਸਾਨੂੰ ਦੱਸੋਗੇ, ਕਿਉਂਕਿ ਤੁਸੀਂ ਉਸ ਸਾਰੇ ਇਲਾਕੇ ਦੇ ਵਿੱਚ ਹੋ ਕੇ ਆਏ ਹੋ। ਜੀ ਹਾਂਜੀ, ਮੈਨੂੰ ਇਸ ਤਰ੍ਹਾਂ ਸੀ ਕਿ ਅਸੀਂ ਕੋਈ ਦੋ ਜਣਿਆਂ ਨੇ, ਤਿੰਨ ਜਣੇ ਨੇ ਕਸ਼ਮੀਰ ਦਾ ਦੌਰਾ ਕੀਤਾ, ਅੱਗੇ ਵੀ ਜਾਂਦੇ ਹਾਂ ਜੀ, ਤੇ ਅਸੀਂ ਜਿਹੜਾ ਸਾਡਾ ਮੁਕਾਮ ਹੈ ਉਹ ਪਿੰਡ ਸਿੰਘਪੁਰਾ ਆਇਆ ਜੀ, ਬਾਰਾਮੁਲਾ ਡਿਸਟ੍ਰਿਕਟ ਦੇ ਵਿੱਚ ਜੀ ਜੀ। ਬਾਰਾਮੁਲਾ ਡਿਸਟ੍ਰਿਕਟ ਦੇ ਵਿੱਚ ਜਿਹੜੀ ਕਮਾਲ ਦੀ ਗੱਲ ਹੈ ਕਿ 46 ਪਿੰਡ ਨੇ ਸਰਦਾਰਾਂ ਦੇ ਜੀ ਜੀ, ਤੇ ਉੱਥੇ ਜਿਹੜੇ ਸਿੱਖ ਨੇ ਉਹ ਪੂਰਨ ਸਿੱਖ ਨੇ
ਜੀ ਅਸੀਂ ਹੱਸਦੇ ਹੁੰਦੇ ਹਾਂ ਕਿ ਕਸ਼ਮੀਰ ਜਿਹੜਾ ਸਿੱਖ ਦੇ ਘਰ ਸਿੱਖ ਜੰਮਦੇ ਆ ਤੇ ਪਰ ਪੰਜਾਬ ਦੇ ਵਿੱਚ ਜ਼ਰੂਰੀ ਨਹੀਂ ਕਿ ਸਿੱਖ ਦੇ ਘਰ ਸਿੱਖ ਜੰਮੇ ਜੀ 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 ਉੱਥੇ ਐਸੀ ਕਮਾਲ ਦੀ ਗੱਲ ਹੋਈ ਆ ਕਿ ਪਿਛਲੇ 200 ਸਾਲ ਦੇ ਇਤਿਹਾਸ ਦੇ ਵਿੱਚ ਜੀ ਜਿਹੜੇ ਸਿੱਖ ਨੇ ਉੱਥੇ ਨੇ ਉਹ ਸਿੱਖ ਪੰਜਾਬ ਤੋਂ ਮਾਈਗ੍ਰੇਟ ਹੁਣ ਨਹੀਂ ਕੀਤੇ ਹੋਏ 200-250 ਸਾਲ ਪਹਿਲਾਂ ਜੀ ਓਰਿਜਨਲ ਸਿੱਖ ਨੇ ਉਹ ਆ ਜੀ ਜੀ ਉਹਨਾਂ ਦੇ ਸਿੰਘਪੁਰਾ ਦੇ 10 ਮੈਂਬਰਾਂ ਦੀ ਪੰਚਾਇਤ ਦੇ ਵਿੱਚੋਂ 6 ਜਿਹੜੇ ਆ ਜੀ ਉਹ ਆਪਣੇ ਸਿੱਖ ਚੁਣੇ ਗਏ ਨੇ ਜੀ ਇਹਨਾਂ ਦੇ ਵਿੱਚ 2 ਬੀਬੀਆਂ ਨੇ ਜੀ ਤੇ ਸਰਪੰਚ ਅਮਰਜੀਤ ਸਿੰਘ ਨੌਜਵਾਨ ਨੇ ਜਿਹੜੇ ਚੁਣੇ ਗਏ ਨੇ ਜੀ ਜੀ ਤੇ ਉਸ ਦੇ ਨਾਲ ਭਾਈ ਸੁਰਿੰਦਰ ਸਿੰਘ ਮਨਜੀਤ ਸਿੰਘ ਜੀ ਰਵਿੰਦਰ ਸਿੰਘ ਦੇ ਯੰਗਸਟ ਨੇ 37 ਸਾਲ ਦੇ ਤੇ ਰਣਵੀਰ ਕੌਰ ਤੇ ਤੇਜਿੰਦਰ ਕੌਰ ਚੁਣੇ ਜੀ 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 ਮੈਨੂੰ ਜਦੋਂ ਇਹ ਪਤਾ ਲੱਗਾ ਤੇ ਬੜੀ ਖੁਸ਼ੀ ਹੋਈ ਕਿ ਹਿੰਦੁਸਤਾਨ ਦੇ ਵਿੱਚ ਪਹਿਲੀ ਵਾਰੀ ਜੀ ਮਤਲਬ ਕਿਸੇ ਬਾਹਰਲੇ ਸੂਬੇ ਦੇ ਵਿੱਚ ਜੀ ਮਤਲਬ ਪੰਜਾਬੀ ਇੰਨੀ ਵੱਡੀ ਗਿਣਤੀ ਦੇ ਵਿੱਚ ਚੁਣੇ ਗਏ ਹੁਣ ਤੇ ਖਾਸ ਕਰ ਪੂਰੀ ਪੰਜਾਬ ਜਿਹੜੀ ਆ ਉਹ ਪੰਜਾਬੀ ਅਗੀ ਬਣੀ ਹੋਵੇ ਜੀ 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 ਆਪਣੇ ਆਪ ਚ ਇੱਕ ਬਹੁਤ ਵੱਡਾ ਇਤਿਹਾਸਕ ਮੋੜ ਹੈ ਹਾਂਜੀ ਹਾਂਜੀ ਤੇ ਇਸ ਇਤਿਹਾਸਕ ਮੋੜ ਨੂੰ ਮਤਲਬ ਸਾਰੀ ਦੁਨੀਆਂ ਨੂੰ ਦੱਸਣ ਦੀ ਲੋੜ ਹੈ ਜੀ ਕਿ ਪੰਜਾਬੀ ਜਿਹੜੇ ਨੇ ਉਹ ਸਿਰਫ ਕੈਨੇਡਾ ਅਮਰੀਕਾ ਚ ਜਿਹੜੇ ਨੇ ਉਹ ਨਹੀਂ ਬਣ ਸਕਦੇ ਐਮ ਪੀ ਜਾਂ ਐਮ ਐਲ ਏ ਜਾਂ ਮਿਨਿਸਟਰ ਜੀ ਉਹ ਆਪਣੇ ਮੁਲਕ ਦੇ ਵਿੱਚ ਵੀ ਜਿਹੜੀ ਚੇਂਜ ਆ ਰਹੀ ਹੈ ਜਿਹੜੇ ਉਹਨਾਂ ਦਾ ਵਰਤਾਰਾ ਆ ਜਿਹੜਾ ਉਹਨਾਂ ਦੀ ਸੋਚ ਆ ਜਿਹੜੀ ਸੁੱਚੀ ਸੋਚ ਆ ਜੀ ਮਤਲਬ ਉਹ ਅਸਰ ਕਰ ਰਹੀ ਆ ਜੀ 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 ਤੇ ਜੀ ਵੱਡੀ ਗੱਲ ਹੈ ਜੀ ਤੇ ਉੱਥੇ ਜਿਹੜਾ ਭਾਈਚਾਰੇ ਦੇ ਵਿੱਚ ਆਪਣੀ ਪੈਠ ਬਣਾਉਣੀ ਔਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਜਿਹਦਾ ਮੈਂਬਰ ਬਣ ਕੇ ਰਿਹਾ ਉਹਨਾਂ ਦਾ ਰੈਪੂਟੇਸ਼ਨ ਨਾ ਵਧੀਆ ਬਣਿਆ ਕਿ ਜਦੋਂ ਚੁਣੇ ਗਏ ਆ ਜੀ ਗੁੱਟਬੰਦੀਆਂ ਚ ਨਹੀਂ ਪਏ ਬਿਲਕੁਲ ਬਿਲਕੁਲ ਦੂਜੇ ਦੀ ਮਦਦ ਕੀਤੀ ਜੀ 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 ਜੋਲ ਸਾਹਿਬ ਜਦੋਂ ਵੀ ਕਸ਼ਮੀਰ ਦਾ ਜ਼ਿਕਰ ਆਉਂਦਾ ਹੈ ਕਿਉਂਕਿ ਕਸ਼ਮੀਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਸੀ ਉਹਦੇ ਬਾਅਦ ਜੋ ਕੁਛ ਵੀ ਜਿਸ ਤਰੀਕੇ ਨਾਲ ਰਾਜ ਗਿਆ ਰਾਜਾ ਧਿਆਨ ਸਿੰਘ ਔਰ ਉਹਨਾਂ ਸਾਰਿਆਂ ਨੇ ਹੀਰਾ ਸਿੰਘ ਧਿਆਨ ਸਿੰਘ ਉਹ ਡੋਗਰਿਆਂ ਨੇ ਬਲਕਿ ਅੰਗਰੇਜ਼ਾਂ ਦੇ ਕੋਲੋਂ ਉਹਨਾਂ ਨੇ ਇੱਕ ਇਨਾਮ ਦੇ ਤੌਰ ਦੇ ਉੱਤੇ ਖਰੀਦ ਲਿਆ ਸੀ ਕਸ਼ਮੀਰ ਔਰ ਕਸ਼ਮੀਰ ਦੇ ਵਿੱਚ ਫਿਰ ਸਿੱਖਾਂ ਦੀ ਹਾਲਤ ਪਰ ਫਿਰ ਵੀ 1947 ਦੇ ਵਿੱਚ ਵੀ ਸੰਤ ਸਿੰਘ ਤੇਗ ਦਾ ਜਿਹੜਾ ਕੰਮ ਕਰਨਾ ਉਹ ਇੱਕ ਬੜਾ ਹੀ ਮਾਰਕਾ ਸੀ ਉਹਨਾਂ ਨੂੰ ਹਾਲੇ ਤੱਕ ਲੋਕ ਯਾਦ ਕਰਦੇ ਹਰੀ ਸਿੰਘ ਨਲਵਾ ਕਹਿ ਕੇ ਯਾਦ ਕਰਦੇ ਸੀ ਅਤੇ ਜੀ ਔਰ ਉਹਦੇ ਬਾਅਦ ਸਰਦਾਰ ਪ੍ਰੀਤਮ ਸਿੰਘ ਦੀ ਜਿਹੜੀ ਬੱਸ ਟਰਾਂਸਪੋਰਟ ਉਹ ਉਹਨਾਂ ਦੀਆਂ ਐਡੀ ਵੱਡੀ ਟਰਾਂਸਪੋਰਟ ਉਹ ਸਾਰੇ ਦੇ ਸਾਰੇ ਸਾਬਤ ਸੂਰਤ ਸਿੰਘ ਹੋਣੇ ਔਰ ਮਿਨਿਸਟਰ ਵੀ ਹੋਣੇ ਰੰਗੀਲ ਸਿੰਘ ਉੱਥੇ ਦੇ ਮਿਨਿਸਟਰ ਵੀ ਬਣੇ ਸੀ ਉਹ ਸਾਰਾ ਕੁਛ ਸੀਗਾ ਪਰ ਇਹ ਕੀ ਕਾਰਨ ਹੈ ਕਿ ਇਤਨਾ ਪੰਜਾਬ ਦਾ ਮਤਲਬ ਇੱਕ ਸਰਹੱਦ ਲੱਗਣ ਦੇ ਬਾਵਜੂਦ ਪੰਜਾਬੀਆਂ ਦੀ ਪੰਜਾਬੀ ਸਿੱਖਾਂ ਔਰ ਕਸ਼ਮੀਰੀ ਸਿੱਖਾਂ ਸਿੱਖ ਤਾਂ ਸਿੱਖ ਹੁੰਦਾ ਪਰ ਇਹ ਆਪਸ ਵਿੱਚ ਕਿਉਂ ਨਹੀਂ ਇੱਕ ਤਾਲਮੇਲ ਬਣ ਸਕਿਆ ਕਿਉਂ ਇੱਕਦਮ ਇੱਦਾਂ ਲੱਗਦਾ ਜਿਵੇਂ ਉਹ ਕਿਸੇ ਦੂਜੇ ਮੁਲਕ ਦਾ ਹਿੱਸਾ ਹੋਣ ਇਸ ਤਰ੍ਹਾਂ ਵੀ ਜਿਹੜੀ ਗੱਲ ਹੈ ਉਹ ਹੈ ਕਿ ਜਿਹੜੇ ਪੰਜਾਬੀ ਉੱਥੇ ਹੈਗੇ ਆ ਨਾ ਜੀ ਉਹ ਇੱਥੋਂ ਪੰਜਾਬ ਦੇ ਜਿੱਦਾਂ ਕੈਨੇਡਾ ਅਮਰੀਕਾ ਜਾਂ ਇੰਗਲੈਂਡ ਜਾਂ ਬਾਕੀ ਮੁਲਕਾਂ ਚ ਗਏ ਆ ਪਿਛਲੇ ਇੱਕ ਸਦੀ ਦੇ ਵਿੱਚ ਜੀ ਇਹ ਉਹਨਾਂ ਤੋਂ ਵੀ ਕਿਤੇ ਪਹਿਲਾਂ ਦੇ ਗਏ ਹੋਏ ਆ ਜੀ ਜੀ ਉਹ ਜਿਹੜੇ ਉੱਥੇ ਰਾਜੀ ਚੁੱਕੇ ਆ ਮਤਲਬ ਇਹ ਉੱਥੇ ਦੇ ਮੂਲ ਸਿੱਖ ਕੌਮ ਆ ਉਹਨਾਂ ਨੂੰ ਪੰਜਾਬ ਦਾ ਨਾਲ ਜੀ ਇਸੇ ਤਰ੍ਹਾਂ ਦਾ ਵੀ ਕੋਈ ਤਲਕ ਨਹੀਂ ਕਿਸੇ ਪਿੰਡ ਦਾ ਕਿਸੇ ਦਾ ਕੋਈ ਨਹੀਂ ਕਿਉਂਕਿ ਉਹਨਾਂ ਦੀਆਂ ਕਿੰਨੀਆਂ ਜਨਰੇਸ਼ਨਾਂ ਉੱਥੇ ਹੋ ਗਈਆਂ ਹਾਂਜੀ ਹਾਂਜੀ ਤੇ ਉਸ ਕਰਕੇ ਜਿਹੜਾ ਪੰਜਾਬ ਦੇ ਨਾਲ ਜਿਹੜਾ ਉਸ ਤਰ੍ਹਾਂ ਦਾ ਲਗਾਓ ਹੈ
ਜਿਹੜਾ ਫਿਜ਼ੀਕਲ ਲਗਾਓ ਆ ਉਹ ਨਹੀਂ ਸੀਗਾ ਜੀ, ਮਤਲਬ ਭਾਵਨਾਤਮਕ ਸੀਗਾ ਜਿਹੜਾ ਸੀਗਾ ਜੀ। ਉਹ ਜਿਹੜੀ ਦੂਸਰੀ ਗੱਲ ਜਿਹੜੀ ਵੱਡੀ ਗੱਲ ਹੈ ਆ ਕਿ ਉਹ ਜਿਹੜੇ ਬੰਦੇ ਨੇ ਉੱਥੇ ਉਹਨਾਂ ਦੀ ਜਿਹੜੀ ਭਾਸ਼ਾ ਆ ਉਹ ਮਿਕਸ ਹੈ, ਕਸ਼ਮੀਰ ਦੇ ਵਿੱਚ ਪਸ਼ਤੋ ਕਸ਼ਮੀਰੀ ਇਹ ਸਾਰੀਆਂ ਪਾਸੀਆਂ ਭਾਸ਼ਾਵਾਂ ਰਲਾ ਕੇ ਲੋਕ ਬੋਲੀਆਂ ਜਾਂਦੀਆਂ ਜੀ। ਔਰ ਪੰਜਾਬੀ ਦਾ ਜਿਹੜਾ ਆਪਣਾ ਬੋਲਬਾਲਾ ਆ ਉਹ ਬੜਾ ਕਾਫੀ ਹੈਗਾ। ਤੁਸੀਂ ਕਿਸੇ ਬੰਦੇ ਦੇ ਨਾਲ ਵੀ ਗੱਲ ਕਰ ਲਓ, ਚਾਹੇ ਉਹ ਮੁਸਲਮਾਨ ਹੈ, ਚਾਹੇ ਉਹ ਹਿੰਦੂ ਹੈ ਜਾਂ ਦੂਜਾ ਕੋਈ ਵੀ ਹੈਗਾ, ਉਹ ਪੰਜਾਬੀ ਜ਼ਰੂਰ ਸਮਝਦਾ ਜੀ ਜੀ ਜੀ। ਔਰ ਇਹ ਜਿਹੜਾ ਪ੍ਰਭਾਵ ਪੰਜਾਬੀ ਦਾ ਹੈਗਾ ਜੀ, ਉੱਥੇ ਦੇ ਪੰਜਾਬੀਆਂ ਕਰਕੇ ਆ ਜੀ ਜੀ। ਗੁਰੂ ਸਾਹਿਬ ਨੇ ਕਿਹਾ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਵ ਹੈ, ਉਹ ਤਾਂ ਅਸਰ ਹੋਣਾ ਹੀ ਹੈ ਹਰ ਇਲਾਕੇ ਦਾ। ਪਰ ਉੱਥੇ ਜੀ 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 ਪੰਜਾਬੀ ਸਾਹਿਤ ਅਕੈਡਮੀ ਇੱਥੇ ਬਣੀ ਹੋਈ ਆ 50-60 ਸਾਲ ਦੀ ਹਾਂਜੀ, ਤੇ ਉਹਨਾਂ ਦੀ ਇੱਕ ਸਭਾ 50-60 ਸਾਲ ਤੋਂ ਉਹ ਆ ਹਾਂਜੀ ਹਾਂਜੀ ਹਾਂਜੀ। ਮੈਂ ਜਦੋਂ ਪਿੱਛੇ 8-10 ਸਾਲ ਹੋਏ ਗਿਆ ਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਮੈਂਬਰ ਕਿਉਂ ਨੀ ਬਣਦੇ, ਕਿਹਾ ਹੀ ਨੀ। ਜਦੋਂ ਉਹਨਾਂ ਨੂੰ ਕਿਹਾ ਵੀ ਚੰਗਾ ਭਾਈ ਤੁਸੀਂ ਫਾਰਮ ਭਰੋ ਮੈਂਬਰ ਬਣੋ ਤੇ ਸਾਹਿਤ ਅਕੈਡਮੀ ਦੇ ਉਹ ਰਾਈਟਰ ਦੇ ਨਾਲੇ ਸਟੇਟ ਕੌਮ ਜਿਹੜੀ ਰਾਈਟਰ ਉਹਨਾਂ ਦੀ ਗੱਲ ਕਰਦਾ। ਮੈਂ ਸਮਝ ਗਿਆ, ਤੇ ਉਹ 7-8 ਸਾਲ ਤੋਂ ਮੈਂਬਰ ਬਣਨੇ ਸ਼ੁਰੂ ਹੋਏ ਹੁਣ 10-12 ਬੰਦੇ ਉਹ ਚੋਂ ਮੈਂਬਰ ਬਣ ਗਏ। ਹਾਂਜੀ ਹਾਂਜੀ ਜੀ, ਉੱਥੇ ਦੇ ਜਸਵੀਰ ਸਿੰਘ ਸਰਨਾ ਜੀ, ਜਸਵੀਰ ਸਿੰਘ ਸਰਨਾ ਹੈਗੇ ਆ, ਉਹਨਾਂ ਨੇ ਕਾਫੀ ਕੁਛ ਲਿਖਿਆ ਹੈ, ਬਹੁਤ ਕੁਛ ਉਹਨਾਂ ਨੇ ਸਿੱਖ ਸਾਹਿਤ ਨੂੰ, ਪੰਜਾਬੀ ਸਾਹਿਤ ਨੂੰ ਔਰ ਪੰਜਾਬ ਦੇ ਇਤਿਹਾਸ ਬਾਰੇ ਔਰ ਸਿੱਖ ਇਤਿਹਾਸ ਬਾਰੇ ਕਾਫੀ ਕੁਛ ਅੰਕਿਤ ਕੀਤਾ ਹੈ। ਜੋਲ ਸਾਹਿਬ, ਇਸ ਤੋਂ ਇਲਾਵਾ ਇੱਕ ਗੱਲ ਹੋਰ ਹੈ, ਕਿਉਂਕਿ ਕਸ਼ਮੀਰ ਖਾਸ ਕਰਕੇ ਬਾਰਾਮੂਲਾ ਔਰ ਹੋਰ ਸਾਰੇ ਇਲਾਕਿਆਂ ਦੇ ਵਿੱਚ, ਮਟਨ ਵਿੱਚ, ਬਾਰਾਮੂਲਾ 'ਚ ਗੁਰੂ ਸਾਹਿਬ ਨੇ ਵੀ ਉੱਥੇ ਚਰਨ ਪਏ ਸੀ, ਉਹ ਇਤਿਹਾਸਕ ਥਾਵਾਂ, ਇਤਿਹਾਸਕ ਗੁਰਦੁਆਰੇ, ਗੁਰਧਾਮ, ਉਹਨਾਂ ਦੀ ਕੀ ਹਾਲਤ ਹੈ? ਬਾਦਸ਼ਾਹ ਦੇ ਗੁਰਦੁਆਰੇ ਨੇ ਜੀ 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 ਜੀ, ਉਹਨਾਂ ਦਾ ਕੀ ਹਾਲ ਹੈ? ਉਹਨਾਂ ਦਾ ਹਾਲ ਹੈ ਜੀ ਕਿ ਗੁਰਦੁਆਰੇ ਜਿਹੜੇ ਨੇ ਉੱਥੇ ਸ਼ਸਤਰ ਬੜੀ ਆ, ਤੇ ਜਿੱਦਾਂ ਸਿੰਘਪੁਰਾ ਪਿੰਡ ਦੇ ਵਿੱਚ ਵੀ ਗੁਰੂ ਸਾਹਿਬ ਦਾ ਇਤਿਹਾਸਕ ਗੁਰਦੁਆਰਾ ਤੇ ਖੂਹ ਆ, ਇੱਦਾਂ ਬਾਰਾਮੂਲੇ ਦੇ ਵਿੱਚ ਆ, ਤੇ ਇੱਕ ਪਿੰਡ ਹੈਗਾ ਸਾਲਕੋਟ, ਉੱਥੇ ਇੱਕ ਬਹੁਤ ਵੱਡਾ ਮਤਲਬ ਬਹੁਤ ਉੱਚੀ ਥਾਂ ਤੇ ਸਮਝੋ ਕਿ 2100 ਮੀਟਰ ਦੀ ਹਾਈਟ ਤੇ ਆ ਉਹ, ਜ਼ਿਆਦਾ ਹੀ ਹੋਊਗਾ ਜੀ ਜੀ ਜੀ। ਤੇ ਉੱਥੇ ਵੀ ਗੁਰਦੁਆਰਾ ਆ, ਤੇ ਹੋਰ ਵੀ ਮਾਹੂਰੀ ਦੇ ਵਿੱਚ ਵੀ ਆ, ਮਤਲਬ ਕਾਫੀ ਗੁਰਦੁਆਰੇ ਨੇ ਤੇ ਉਹਨਾਂ ਦੇ ਕਾਫੀ ਇਤਿਹਾਸ ਨੇ। ਕਹਿੰਦੇ ਨੇ ਕਿ 4 ਗੁਰੂਆਂ ਨੇ ਮਤਲਬ ਗੁਰੂ ਸਾਹਿਬਾਨ ਨੇ ਕਸ਼ਮੀਰ ਦੇ ਵਿੱਚ ਗਏ ਆ ਜੀ, ਪਰ ਉਹ 4 ਮੈਂ ਹੁਣ ਮੇਰੇ ਦਿਮਾਗ 'ਚ ਨੀ ਆ ਰਿਹਾ ਜੀ 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 ਵੇਲੇ ਜੀ, ਗੱਲ ਮੈਂ ਬੋਲਣਾ ਨਹੀਂ ਚਾਹੁੰਦਾ। ਨਹੀਂ ਠੀਕ ਹੈ, ਛੇਵੀਂ ਪਾਤਸ਼ਾਹ ਦੇ ਗੁਰਦੁਆਰੇ ਨੇ, ਪਰ ਗੁਰਦੁਆਰੇ ਦੀ ਜਿਹੜੀ ਹਾਲਤ ਹੈ ਉਹਨਾਂ ਦੀ ਵੀ ਉਹ ਪੰਜਾਬ ਵਾਲੇ ਕੰਮ ਹੋਣ ਲੱਗਾ ਆ। ਅੱਛਾ, ਮੈਂ ਅਸੀਂ ਇਹਦੇ ਬਾਰੇ ਬਹੁਤ ਇਹ ਬਹੁਤ ਹੀ ਤੁਸੀਂ ਜਿਹੜੀ ਇੱਕ ਸਾਡੀ ਦੁੱਖ ਦੀ ਰਗ ਤੇ ਹੱਥ ਫਿਰ ਰੱਖ ਦਿੱਤਾ ਹੈ, ਇਹ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਪੰਜਾਬ ਵਾਲਾ ਹਾਲ ਉੱਥੇ ਵੀ ਹੋਣ ਲੱਗਾ, ਜਿਹੜਾ ਆਮ ਬਹੁਤ ਮਸ਼ਹੂਰ ਹੈ ਕਿ ਬਾਰਾਮੂਲਾ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਇਤਿਹਾਸਕ ਉਹਨਾਂ ਨਾਲ ਸੰਬੰਧਿਤ ਇੱਕ ਚਿਨਾਰ ਦਾ ਦਰਖਤ ਸੀ, ਕੀ ਉਹ ਹੈ, ਇਹ ਕਾਇਮ ਹੈ? ਜਿਹੜੇ ਉਹਦੇ ਟੋਟੇ ਆ ਉਹ ਥੋੜੇ ਬਹੁਤੇ ਇੱਥੇ ਦਰਸ਼ਨਾਂ ਦੇ ਰੱਖ ਦਿੱਤੇ ਆ, ਉਹ ਵੀ ਜਿੱਦਾਂ ਸਰਹੰਦ ਦੀ ਦਰਬਾਰ ਖਤਮ ਕਰ ਦਿੱਤੀ ਆ, ਤੇ ਪਤਾ ਨੀ ਕੀ ਚੱਕਰ ਹੈ ਕਿ ਜਿੰਨੇ ਗੁਰਦੁਆਰਿਆਂ ਦੇ ਵਿੱਚ ਜਿੰਨੀਆਂ ਇਤਿਹਾਸਕ ਨਿਸ਼ਾਨੀਆਂ ਸੀਗੀਆਂ
ਉਹ ਸਾਰੀਆਂ ਖਤਮ ਹੋ ਰਹੀਆਂ ਨੇ। ਕੌਣ ਕਰ ਰਿਹਾ, ਕਿਉਂ ਕਰ ਰਿਹਾ, ਇਹਦੇ ਬਾਰੇ ਮੈਨੂੰ ਨਹੀਂ ਪਤਾ। ਮਤਲਬ ਕਈ ਵਾਰੀ ਬੜਾ ਦੁੱਖ ਹੁੰਦਾ ਕਿ ਸਾਡੇ ਜਿਹੜਾ ਚਲੋ ਧਾਰਮਿਕ ਨਾਂ ਸੀ, ਇਹ ਵਿਰਸਾ ਵੀ ਹੈ ਸਾਡਾ। ਜੋਲ ਸਾਹਿਬ, ਮੈਨੂੰ ਕਹਿੰਦੇ ਆ ਬੜਾ, ਜਿਹਨੂੰ ਕਹਿੰਦੇ ਨਾ ਇੱਕ ਆਤਮ ਗਲਾਨੀ ਵੀ ਹੁੰਦੀ ਹੈ, ਸਵੈ ਧਿਕਾਰ ਜਿਹਨੂੰ ਕਿਹਾ ਜਾਂਦਾ ਹੈ। ਸੀਸਗੰਜ ਸਾਹਿਬ ਦੇ ਵਿੱਚ ਉਹ ਇੱਕ ਦਰਖਤ, ਜਿਹੜਾ ਬੋਹੜ ਦਾ ਦਰਖਤ ਜਾਂ ਪਿੱਪਲ ਦਾ ਬੋਹੜ ਦਾ, ਜਿਹਦੇ ਥੱਲੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ, ਉਹ ਇਤਿਹਾਸਕ ਦਰਖਤ ਸੀ। ਮਹਾਤਮਾ ਬੁੱਧ ਦਾ ਜਿਹੜਾ ਬੋਧੀ ਦਰਖਤ ਹੈ, ਉਹ ਹਾਲਾਂ ਸਾੜ ਦਿੱਤਾ ਗਿਆ, ਪਰ ਉਹਨਾਂ ਨੇ ਉਹਦੇ ਬੀਜ ਲਿਆ ਕੇ ਦੁਬਾਰਾ ਉਸਨੂੰ ਸਜੀਵ ਕੀਤਾ, ਸੁਰਜੀਤ ਕੀਤਾ, ਔਰ ਬੋਹੜ ਦਾ ਦਰਖਤ ਕਾਇਮ ਕੀਤਾ। ਪਰ ਜਦੋਂ ਜਾਓ ਸੀਸਗੰਜ ਸਾਹਿਬ ਦਿੱਲੀ ਦੇ ਵਿੱਚ, ਉਹ ਦਰਖਤ ਕੱਟ ਕੇ ਉਹਦਾ ਇੱਕ ਛੋਟਾ ਜਿਹਾ ਟਾਹਣ ਟੁਕੜਾ ਇੱਕ ਰੱਖ ਕੇ ਸ਼ੀਸ਼ੇ ਦੇ ਵਿੱਚ, ਔਰ ਉਹਦੇ ਉੱਤੇ ਜਿਹੜਾ ਬੋਰਡ ਲਾਇਆ ਉਹ ਲਿਖਿਆ ਕਿ ਇਸ ਦਰਖਤ ਦੇ ਥੱਲੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ। ਮੇਰਾ ਖਿਆਲ ਹੈ ਇਹ ਸੂਝੀ ਹੈ, ਇਹ ਸਮਝ ਹੀ ਹੈ, ਇਹ ਸੋਚ ਸਾਡੀ ਕੌਮ ਦੇ ਵਿਰਸੇ 'ਚ ਆਈ ਹੈ ਪੱਲੇ, ਕਿ ਅਸੀਂ ਇੱਕ ਦਰਖਤ ਦੇ ਤਣੇ ਨੂੰ ਵੀ ਦਰਖਤ ਹੀ ਕਹਿ ਸਕੀਏ, ਇੱਕ ਟੁਕੜੇ ਨੂੰ ਵੀ ਅਸੀਂ ਦਰਖਤ ਕਹਿ ਸਕੀਏ। ਪਰ ਜੇਕਰ ਜੀ ਜੀ ਨਹੀਂ, ਪਰ ਕੌਣ ਕਰ ਰਿਹਾ ਇਹਦੇ ਪਿੱਛੇ? ਦੇਖੋ ਚਲੋ, ਇਹ ਤਾਂ ਜਿਹੜੇ ਫੌਜੀ ਨੇ ਧਰਮ ਦੇ ਜਿਹੜੇ ਕਰਦੇ ਨੇ ਉਹ ਕਰਨਗੇ, ਹੁਣ ਅਸੀਂ ਤਾਂ ਇਸ ਛੁਪੜੇ ਪਾਸੇ ਨੀ ਨਾ, ਮਤਲਬ ਨਹੀਂ, ਤੁਸੀਂ ਚੇਤਨਤਾ ਪੈਦਾ ਕਰਦੇ ਹੋ, ਤੁਸੀਂ ਇਸ ਚੀਜ਼ ਬਾਰੇ ਕਾਫੀ ਲੋਕਾਂ ਨੂੰ ਜਾਣਕਾਰੀ ਵੀ ਦਿੰਦੇ ਹੋ, ਔਰ ਇਸ ਦੇ ਬਾਰੇ ਲਿਖਦੇ ਵੀ ਹੋ, ਤੇ ਕਸ਼ਮੀਰ ਦੇ ਸਿੱਖਾਂ ਵਿੱਚ ਤੇ ਉਹ ਪੰਜਾਬ ਵਾਲੀ ਮਾਡਰਨਾਈਜੇਸ਼ਨ ਨਹੀਂ ਸੀ, ਉੱਥੇ ਕਿਸ ਕਿਸ ਤਰ੍ਹਾਂ ਇਹ ਚੀਜ਼ਾਂ, ਮਤਲਬ ਜਿਵੇਂ ਚਿਨਾਰ ਦਾ ਉਹ ਦਰਖਤ ਜਿਹੜਾ ਐਡੇ, ਮੈਨੂੰ ਇਹ ਵੀ ਗੱਲ ਹੈ ਕਿ ਜਿਹੜੇ ਜਿਹੜੇ ਉੱਥੇ ਸਿੱਖ ਨੇ, ਜਿਹੜੇ ਉੱਥੇ ਸਿੱਖ ਨੇ ਕਸ਼ਮੀਰ ਦੇ ਵਿੱਚ ਜੀ, ਸਹੀ ਗੱਲ ਤਾਂ ਹੈ ਕਿ ਉਹ ਬਹੁਤ ਉੱਪਰ ਪੱਖ ਨੇ ਜੀ। ਮਤਲਬ ਮੈਂ ਉੱਥੇ ਕੋਈ ਬੰਦਾ, ਮਤਲਬ ਸਾਡੇ ਵਰਗਾ ਨਹੀਂ ਦੇਖਿਆ ਵੀ ਜਿਹੜੇ ਜਿਹਨਾਂ ਨੇ, ਜਿੱਦਾਂ ਆਪਾਂ ਆਮ ਤੌਰ ਤੇ ਹੁੰਦੇ ਹਾਂ, ਤੇ ਉੱਥੇ ਮਤਲਬ ਜਿੰਨੇ ਵੀ ਸਿੱਖ ਨੇ ਸਾਰੇ ਹੀ ਪੂਰਨ ਗੁਰਸਿੱਖ ਨੇ, ਸਾਬਤ ਸੂਰਤ ਹੈ। ਮਤਲਬ ਹਾਂਜੀ, ਮੈਂ ਮਤਲਬ 1973 ਤੋਂ ਕਸ਼ਮੀਰ ਦੇ ਵਿੱਚ ਜਾਂਦਾ ਜੀ, ਮੇਰੇ ਨੀ ਵੀ ਅੱਜ ਗਿਆ ਤੇ ਅੱਜ ਕੋਈ ਨਿਊਜ਼ ਪੈਦਾ ਹੋ ਗਈ ਜੀ। ਮਤਲਬ ਵੀ 3 ਮਹੀਨੇ ਰਹਿ ਕੇ ਵੀ ਆਉਣਾ ਵੀ ਉੱਥੇ ਜਿਹੜੀ, ਪਰ ਇਹ ਜਿਹੜੀ ਇਹ ਚੇਂਜ ਵਾਲੀ ਭਾਵਨਾ, ਮੈਨੂੰ ਨੀ ਲੱਗਦਾ ਕਿ ਕਿਹੜੀ ਤਾਕਤ ਹੈ, ਜਿਹੜੀ ਤਾਕਤਾਂ ਨੇ ਇਹਨਾਂ ਕਰਤਾ। ਹੁਣ ਉੱਥੇ ਜਿਹੜੀਆਂ ਕਾਰ ਸੇਵਾ ਹੋ ਰਹੀਆਂ ਨੇ ਜੀ, ਉੱਥੇ ਹਰ ਸਿੱਖ ਪਰਿਵਾਰ ਨੂੰ 5,000 ਰੁਪਈਏ ਜਾਂ 6,000 ਰੁਪਈਏ ਘੱਟੋ ਘੱਟ ਢਾਲ ਲੱਗੀ ਹੋਈ ਹੈ ਜਿਹੜੀ ਉਹਨੇ ਸਾਲ ਦੀ ਦੇਣੀ ਹੈ। ਤੇ ਉਸ ਤੋਂ ਬਾਅਦ ਵਾਰੀ ਨਾਲ ਪਿੰਡਾਂ 'ਚ ਲੰਗਰ ਜਾਂਦਾ ਜੀ ਜੀ ਜੀ। ਤੇ ਚਲੋ, ਇਹ ਉਸ ਕਮਿਊਨਿਟੀ ਦੀ ਜਿਹੜੀ ਉਹਨਾਂ ਲੋਕਾਂ ਦੀ ਸ਼ਰਧਾ ਆ, ਉਹਨਾਂ ਲੋਕਾਂ ਦੀ ਆਪਣੀ ਸੋਚ ਹੈ, ਲੇਕਿਨ ਉਸ ਦੇ ਵਿੱਚ ਨੁਕਸਾਨ ਕੀ ਹੋ ਰਿਹਾ? ਜਿਹੜਾ ਵਿਰਸੇ ਦੀਆਂ ਚੀਜ਼ਾਂ ਨੇ ਉਹ ਖਤਮ ਹੋ ਰਹੀਆਂ। ਜਿਵੇਂ ਹੁਣ ਇੱਥੇ ਖੂਹ ਸੀਗਾ, ਇੱਕ ਖੂਹ ਹੈਗਾ, ਇੱਕ ਸਿੰਘਪੁਰੇ ਦੇ ਵਿੱਚ ਇਤਿਹਾਸਿਕ ਖੂਹ ਆ ਜੀ, ਉਹਦੇ ਉੱਤੇ ਲੱਗਿਆ ਹੋਇਆ, ਲਿਖੇ ਵੀ ਲਾਇਆ। ਤੇ ਮੈਂ ਹੁਣ ਉੱਦਾਂ ਉਹਨਾਂ ਨੂੰ ਕਹਿ ਕੇ ਆਇਆ, ਮੈਂ ਕਿਹਾ ਭਾਈ ਗੱਲ ਸੁਣੋ, ਅੱਜ ਤਾਂ ਬਾਰਾਮੂਲੇ ਜਾਂ ਹੋਰਨਾਂ ਥਾਵਾਂ ਤੇ ਇਤਿਹਾਸਿਕ ਥਾਵਾਂ, ਇਤਿਹਾਸਿਕ ਚੀਜ਼ਾਂ, ਨਿਸ਼ਾਨੀਆਂ ਖਤਮ ਹੋਈਆਂ ਨੇ, ਤੇ ਖੂਹ ਨਾ ਖਤਮ ਕਰ ਦਿਓ। ਤੇ ਉਹ ਬੰਦੇ ਬੜੇ ਹੈਰਾਨ ਹੋਏ, ਕਿਉਂਕਿ ਉਹਨਾਂ ਨੂੰ ਮਾਡਰਨਾਈਜੇਸ਼ਨ ਦਾ ਫਰਕ ਹੀ ਨੀ ਪਤਾ। ਉਹ ਸ਼ਾਇਦ ਸੋਚਦੇ ਸੀ ਕਿ ਸ਼ਾਇਦ ਜੇ ਸਾਰੇ ਹੋ ਰਿਹਾ ਤੇ ਸ਼ਾਇਦ ਠੀਕ ਹੀ ਹੋਊਗੀ ਗੱਲ। ਤੇ ਉਹ ਹੁਣ ਉਹਨਾਂ ਨੂੰ ਜਦੋਂ ਮੈਂ ਗੱਲ ਕਹੀ ਤਾਂ ਬੜੇ ਸੁਚੇਤ ਹੋਏ, ਕਹਿੰਦੇ ਗੱਲ ਤਾਂ ਠੀਕ ਹੈ ਤੁਹਾਡੀ। ਤੇ ਹੁਣ ਮਤਲਬ ਅਸੀਂ ਤਾਂ ਇੰਨਾ ਕੀ ਕਰ ਸਕਦੇ ਸੀ, ਹੁਣ ਇਕੱਲੇ ਇਕੱਲੇ ਗੁਰਦੁਆਰੇ ਚ ਜਾ ਕੇ ਸਮਝਾਉਣਾ ਤਾਂ ਬੜਾ ਮੁਸ਼ਕਿਲ ਹੈ।
ਪਰ ਕੌਮੀ ਤੌਰ ਤੇ ਕੁਛ ਨਹੀਂ ਹੋ ਰਿਹਾ ਹੈ ਨਾ, ਇਹਦਾ ਮਤਲਬ ਹੈ ਕੌਮੀ ਤੌਰ ਤੇ ਜੋਲ ਸਾਹਿਬ ਅਸੀਂ ਛੋਟਾ ਜਿਹਾ ਵਕਫਾ ਲਵਾਂਗੇ ਤੇ ਤੁਹਾਡੇ ਨਾਲ ਜਿਹੜੀ ਗੱਲਬਾਤ ਤੁਹਾਡੀ ਜਾਣਕਾਰੀ ਬਹੁਤ ਹੀ ਮਹੱਤਵਪੂਰਨ ਹੈ ਉਹ ਅਸੀਂ ਲੈ ਕੇ ਫਿਰ ਅਸੀਂ ਪ੍ਰੋਗਰਾਮ ਸਮਾਪਤ ਕਰਾਂਗੇ, ਪਰ ਇੱਕ ਛੋਟਾ ਜਿਹਾ ਬ੍ਰੇਕ। ਬਹੁਤ ਅੱਛਾ, ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਡੇ ਕੋਲ ਸਾਡੇ ਸਤਿਕਾਰਯੋਗ ਸੱਜਣ ਮੇਜਾ ਸਿੰਘ ਜੀ ਜੌਹਲ ਲੁਧਿਆਣਾ ਤੋਂ, ਉਹ ਲਾਈਨ ਦੇ ਉੱਤੇ ਹਨ ਜਿਨ੍ਹਾਂ ਨੇ ਹੁਣੇ ਹੁਣੇ ਕਸ਼ਮੀਰ ਦਾ ਦੌਰਾ ਕੀਤਾ, ਉਹਨਾਂ ਪਿੰਡਾਂ ਦੇ ਵਿੱਚ ਗਏ, ਉਹ ਅੰਦਰੂਨੀ ਜਿਹੜੇ ਪਿੰਡ ਜਿੱਥੇ ਸਿੱਖਾਂ ਦੀ ਵਸੋਂ ਹੈ ਔਰ ਜਿੱਥੇ ਮੁਸਲਿਮ ਬਹੁ ਗਿਣਤੀ ਹੋਣ ਦੇ ਬਾਵਜੂਦ ਜਿੱਤ ਕੇ ਚੋਣਾਂ ਜਿੱਤ ਕੇ ਉਹ ਪੰਚ ਸਰਪੰਚ ਔਰ ਪੂਰੇ ਪਿੰਡਾਂ ਦੀ ਪੰਚਾਇਤ ਵੀ ਜਿਹੜੀ ਹੈ ਉਹਦੇ ਵਿੱਚ ਸਿੱਖਾਂ ਦੀ ਬਣੀ। ਇਹ ਇੱਕ ਬਹੁਤ ਵੱਡਾ ਸੂਚਕ ਹੈ ਕਿ ਸਿੱਖਾਂ ਨੇ ਆਪਣੀ ਪੈਠ, ਆਪਣਾ ਰਿਸ਼ਤਾ, ਉਹਨਾਂ ਦੇ ਨਾਲ ਉਹ ਭਾਈਚਾਰਾ, ਉਹਨਾਂ ਦਾ ਸਹਿਯੋਗ ਉਸ ਸਥਾਨਕ ਲੋਕਾਂ ਦੇ ਨਾਲ ਕੈਸਾ ਸੀ, ਇਸ ਦੇ ਬਾਰੇ ਉਹਨਾਂ ਨੇ ਜੋ ਉੱਥੇ ਵਿਰਸਾ ਵਿਰਾਸਤ ਔਰ ਜੋ ਉਹਦੀ ਹਾਲਤ ਹੈ ਉਹ ਦੱਸੀ। ਅਤੇ ਜੋਲ ਸਾਹਿਬ, ਅਸੀਂ ਪ੍ਰੋਗਰਾਮ ਦਾ ਇਹ ਮਰਹਲਾ ਖਤਮ ਕਰਨ ਤੋਂ ਪਹਿਲੇ ਆਪ ਤੋਂ ਜਾਣਨਾ ਚਾਹੁੰਦੇ ਹਾਂ ਕਿ ਕਸ਼ਮੀਰ ਦੇ ਵਿੱਚ ਜਿਵੇਂ ਅਕਾਲੀ ਕੌਰ ਸਿੰਘ ਜੀ ਨਿਹੰਗ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਤੁਕ ਤਤਕਰਾ ਲਿਖਿਆ ਔਰ ਹੋਰ ਬਹੁਤ ਕੰਮ ਕੀਤਾ, ਕਸ਼ਮੀਰ ਸਰਕਾਰ ਨੇ ਵੀ ਵਿੱਦਿਆ ਪੱਧਰ 'ਤੇ, ਵਿੱਦਿਅਕ ਪੱਧਰ 'ਤੇ ਪੰਜਾਬੀ ਲਈ, ਕਾਲਜਾਂ ਲਈ ਜਾਂ ਕੋਈ ਸਾਹਿਤ ਛਾਪਣ ਲਈ ਜਾਂ ਕਸ਼ਮੀਰ ਦਾ ਇਤਿਹਾਸ ਉਹਦੇ ਲਈ ਕੁਛ ਕੰਮ ਕੀਤਾ ਹੈ ਜਿਹੜਾ ਕਿ ਅਸੀਂ ਜਿਹਦਾ ਜ਼ਿਕਰ ਕਰ ਸਕੀਏ? ਹਾਂਜੀ, ਜੋ ਮੈਨੂੰ ਜਾਣਕਾਰੀ ਹੈ ਉਸ ਅਨੁਸਾਰ ਪੰਜਾਬੀ ਸਾਹਿਤ ਸਭਾ ਜਿਹੜੀ ਹੈ ਉਸਨੇ ਕਿਤਾਬਾਂ ਵੀ ਛਾਪੀਆਂ ਹਨ ਅਤੇ ਮੇਰੇ ਕਸ਼ਮੀਰ ਸਰਕਾਰ ਨੂੰ ਮਦਦ ਵੀ ਕਰਦੀ ਹੈ ਅਤੇ ਉਸ ਤੋਂ ਇਲਾਵਾ ਪੰਜਾਬੀ ਜਿਹੜੀ ਆ ਉਹ ਸਕੂਲਾਂ ਦੇ ਵਿੱਚ ਪੜ੍ਹਾਉਣ ਦੇ ਲਈ ਪ੍ਰਬੰਧ ਵੀ ਹੈ ਜੀ। ਮੇਰੇ ਖਿਆਲ ਕੋਈ ਫਾਰਮੂਲਾ ਹੈ ਜਿਹਦੇ ਵਿੱਚ ਕਿ ਕਿੰਨੇ ਸਟੂਡੈਂਟਸ ਹੈ, ਲੇਕਿਨ ਕਾਫੀ ਬੱਚੇ ਜਿਹੜੇ ਪੰਜਾਬੀ ਪੜ੍ਹਦੇ ਆ। ਗੌਰਮੈਂਟ ਕਾਲਜ ਫਾਰ ਵੂਮਨ ਦੇ ਵਿੱਚ ਬਕਾਇਦਾ ਪੰਜਾਬੀ ਦਾ ਟੀਚਰ ਹੈ, ਪ੍ਰੋਫੈਸਰ ਹੈ ਜੀ ਐਮ ਪੀ ਸਿੰਘ ਜੀ, ਅਤੇ ਅਸੀਂ ਉੱਥੇ ਲੈਕਚਰ ਵੀ ਬੱਚਿਆਂ ਦੇ ਕੇ ਆਏ ਹਾਂ। ਹੁਣ ਪੰਜਾਬੀ ਉੱਤੇ ਇੱਕ ਸੈਮੀਨਾਰ ਕਾਮ ਵਰਕਸ਼ਾਪ ਵੀ ਕਰਾ ਰਹੇ ਹਾਂ ਜੀ। ਤੇ ਅਖੀਰ ਵਿੱਚ ਜੀ ਜੀ ਇੱਕ ਹੋਰ ਬੜਾ ਅਖੀਰ ਦੇ ਵਿੱਚ ਆਪ ਦੇ ਵਿਚਾਰ ਜਾਣਨੇ ਚਾਹਾਂਗੇ ਕਿ ਵੈਸੇ ਤਾਂ ਅਸੀਂ ਗੱਲ ਕਰਦੇ ਹਾਂ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ, ਅਤੇ ਅਮਰੀਕਾ ਵਿੱਚ, ਕੈਨੇਡਾ ਵਿੱਚ, ਇੰਗਲੈਂਡ ਵਿੱਚ, ਹੋਰ ਥਾਵਾਂ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀਆਂ ਸੰਸਥਾਵਾਂ, ਆਪਣੇ ਅਦਾਰੇ, ਆਪਣੇ ਦਫ਼ਤਰ ਔਰ ਉਹ ਖੋਲ੍ਹਣਾ ਚਾਹੁੰਦੀ ਹੈ, ਉਹਨਾਂ ਦੇ ਉਹ ਪਲੈਨਸ ਹਨ, ਪਰ ਜਿਹੜੀ ਸਿੱਖੀ ਦੀ ਉਹ ਪਨੀਰੀ ਜਿਹੜੀ ਸਿੱਖੀ ਦੀ ਬੁਨਿਆਦ ਦੇ ਨਾਲ ਜੁੜੀ ਹੋਈ ਹੈ ਔਰ ਭਾਵਾਤਮਕ ਤੌਰ 'ਤੇ ਜੁੜੀ ਹੈ, ਬਿਹਾਰ ਦੇ ਸਿੱਖ, ਆਸਾਮ ਦੇ ਸਿੱਖ, ਸਾਸਾਰਾਮ ਦੇ ਸਿੱਖ, ਦੱਖਣੀ ਸਿੱਖ, ਕਸ਼ਮੀਰੀ ਸਿੱਖ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹਨਾਂ ਵੱਲ ਪੂਰੀ ਤਰ੍ਹਾਂ ਅਣਗਹਿਲੀ ਕਿਉਂ ਹੈ? ਇਹਦੇ ਵਿੱਚ ਘਾਟ ਕਿਹੜੇ ਪਾਸਿਓਂ ਹੈ? ਇਹ ਵੈਸੇ ਅਣਗਹਿਲੀ ਹੈ ਜਾਂ ਚੇਤਨਤਾ ਦੀ ਘਾਟ ਹੈ ਜਾਂ ਫਿਰ ਕੀ ਕਾਰਨ, ਇਸ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਵੇਖਦੇ ਹੋ? ਅਸਲ ਦੇ ਵਿੱਚ ਲੰਬਾ ਸਾਹਿਬ ਇਹਦੇ ਪਿੱਛੇ ਜਿਹੜੇ ਕਾਰਨ ਨੇ ਹੋਰ ਨੇ ਉਹ ਹੈਗੀ ਆ ਵਾਧਾ ਤੇ ਵਿਜਨ ਦੀ ਘਾਟ ਜੀ।
ਮਤਲਬ ਇਹ ਕੱਲਾ ਕਸ਼ਮੀਰੀ ਨਹੀਂ, ਤਾਂ ਹੁਣ ਬਿਦਰ ਵੀ ਆ, ਹੋਰਨਾਂ ਥਾਵਾਂ ਉਹੀ ਦੱਖਣੀ ਸਿੱਖਾਂ ਜੀ ਜੀ ਹਾਂਜੀ ਦੱਖਣੀ ਸਿੱਖਾਂ ਮਤਲਬ ਦੱਖਣੀ ਸੂਬੇ ਵੀ ਆ, ਹੋਰ ਵੀ ਆ, ਪੰਜਾਬ ਇਟਸੈਲਫ ਹੈ। ਜਿਹੜੀ ਲੀਡਰਸ਼ਿਪ ਸਾਡੀ ਅਨਫਾਰਚੁਨੇਟਲੀ ਉਹਨਾਂ ਕੋਲ ਵਿਜਨ ਦੀ ਘਾਟ ਹੈ, ਔਰ ਜਿਹੜੀ ਵਿਜਨ ਦੀ ਘਾਟ ਹੈ ਉਹਦਾ ਕੋਈ ਇਲਾਜ ਨਹੀਂ ਹੁੰਦਾ। ਉਹਦੇ ਵਿੱਚ ਕੋਈ ਨਹੀਂ ਹੁੰਦਾ ਕਿ ਕਿਸੇ ਦੇ ਨਾਲ ਮਤਲਬ ਕਿਸੇ ਦੀ ਦੁਸ਼ਮਣੀ ਆ ਜਾਂ ਉਹਨਾਂ ਨੂੰ ਜਾਂ ਉਹ ਚੰਗਾ ਨਹੀਂ ਸਮਝਦੇ ਜਾਂ ਮਾੜਾ ਨਹੀਂ ਸਮਝਦੇ, ਉਹ ਪਤਾ ਹੀ ਨਹੀਂ ਹੁੰਦਾ ਉਹਨਾਂ ਨੂੰ ਕਿ ਅੱਗੇ ਕੰਮ ਕਰਨਾ। ਠੀਕ ਹੈ ਠੀਕ ਹੈ। ਇਹ ਅਨਫਾਰਚੁਨੇਟਲੀ ਸਾਡੀ ਜਿਹੜੀ ਮਾੜੀ ਕਿਸਮਤ ਹੈ ਕਿ ਸਾਡੇ ਕੋਲ ਜਿਹੜੀ ਸਾਡੀ ਲੀਡਰਸ਼ਿਪ ਹੈ ਹਰ ਤਰ੍ਹਾਂ ਦੀ ਧਾਰਮਿਕ ਸਮਾਜਿਕ ਪੋਲੀਟੀਕਲ ਤੇ ਕਲਚਰਲ ਜਿੰਨੀ ਸਾਡੀ ਲੀਡਰਸ਼ਿਪ ਹੈ ਉਹਦੇ ਵਿੱਚ ਆਪਣੀ ਸੋਸਾਇਟੀ ਨੂੰ ਸਾਂਭਣ ਦੀ ਜਿਹੜੀ ਵਿਜਨ ਦੀ ਘਾਟ ਹੈ ਉਹ ਮੇਨ ਕਾਰਨ ਹੈ ਜੀ। ਬਹੁਤ ਬਹੁਤ ਵਧਾਉਣੀ ਬੜੀ ਔਖੀ ਜੀ। ਬਿਲਕੁਲ, ਜਿਵੇਂ ਅਕਬਰ ਅਲਾਬਾਦੀ ਨੇ ਇੱਕ ਤੰਜ਼ੀਆ ਲਹਿਜ਼ੇ 'ਚ ਕਿਹਾ ਸੀ, ਜੋ ਬਾਤ ਮੁਨਾਸਿਬ ਹੈ ਵੋ ਹਾਸਿਲ ਨਹੀਂ ਕਰਤੇ, ਜੋ ਆਪਣੀ ਗਿਰੇ ਮੈਂ ਉਸੇ ਖੋ ਵੀ ਰਹੇ ਹੈ, ਬੇ ਇਲਮ ਵੀ ਹਮ ਲੋਗ ਹੈ, ਗਫਲਤ ਵੀ ਹੈ ਤਾਰੀ, ਅਫਸੋਸ ਕਿ ਅੰਧੇ ਵੀ ਹੈ ਔਰ ਸੋ ਵੀ ਰਹੇ ਹੈ। ਇਹ ਜਿਹੜੇ ਇੱਕ ਤਾਂ ਨਾਬੀਨਾ ਔਰ ਨਾਲ ਸੁੱਤੇ ਪਏ ਹਾਂ, ਇਹ ਵਿਜ਼ਨ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਜਾਪਦਾ ਹੈ, ਇਹ ਸਿਰੇ ਦੀ ਗੱਲ ਹੈ। ਔਰ ਆਸ ਕਰੀਏ ਗੁਰੂ ਕਿਰਪਾ ਕਰੇ ਦੇ ਲੰਮੀ ਨਜ਼ਰ ਨਿਹਾਲੀਏ ਵਾਲੀ ਗੱਲ ਹੈ ਜੀ ਜੀ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਧੰਨਵਾਦ ਹੈ ਤੁਸੀਂ ਜਸ ਪੰਜਾਬੀ ਤੇ ਆ ਕੇ। ਠੀਕ ਠੀਕ ਹੈ, ਓਕੇ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸੋ ਪਿਆਰੇ ਦਰਸ਼ਕੋ, ਇਹ ਸਨ ਸਾਜਨ ਮੇਜਾ ਸਿੰਘ ਜੀ ਜੋਹਲ, ਜਿਹਨਾਂ ਨੇ ਉਹ ਪੀੜਾ, ਉਹ ਦੁੱਖ ਦੀ ਰੱਗ, ਉਹ ਜਿਹੜਾ ਇਤਨਾ ਕਸ਼ਮੀਰ ਪੰਜਾਬ ਦੀ ਸਰਹੱਦ ਹੋ ਕੇ, ਇਤਨਾ ਨੇੜੇ ਹੋ ਕੇ, ਜਿਹੜਾ ਸਾਡੇ ਤੋਂ ਇਤਨਾ ਦੂਰ ਹੈ, ਔਰ ਉਸਦਾ ਕੀ ਕਾਰਨ ਹੈ, ਉਹਨਾਂ ਨੇ ਆਪ ਨਾਲ ਸਾਂਝੇ ਕੀਤੇ। ਸਮਾਂ ਹੈ ਤੁਹਾਡੀਆਂ ਕਾਲਸ ਦਾ, ਤੁਸੀਂ ਆਪਣੇ ਸੁਨੇਹੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰ ਸਕਦੇ ਹੋ ਇਸ ਮਸਲੇ ਬਾਰੇ, ਜਾਂ ਹੋਰ ਜਿਹੜੇ ਵੀ ਅਸੀਂ ਆਪ ਨਾਲ ਸਮੇਂ ਸਮੇਂ ਦੇ ਉੱਤੇ ਮੁੱਦੇ ਵਿਚਾਰਦੇ ਰਹਿੰਦੇ ਹਾਂ, ਕਿਉਂਕਿ ਇਹ ਇੱਕ ਲੜੀ ਹੈ, ਇੱਕ ਸਿਲਸਿਲਾ ਹੈ, ਔਰ ਇਸਦਾ ਮਕਸਦ ਆਪ ਦੇ ਮੁੱਦੇ ਆਪ ਤੱਕ ਪਹੁੰਚਾਉਣੇ, ਆਪ ਦੇ ਨਾਲ ਉਹਨਾਂ ਨੂੰ ਸਾਂਝੇ ਕਰਨਾ। ਹੈਲੋ, ਜੀ ਵੀਰ ਜੀ। ਜੀ, ਮੈਂ ਅੱਜ ਦਾ ਜੋ ਤੁਸੀਂ ਮੁੱਦਾ ਲੈ ਕੇ ਆਏ, ਪਹਿਲੀ ਗੱਲ ਤੇ ਬਹੁਤ ਵਧੀਆ ਮੁੱਦਾ ਹੈ, ਕਿਉਂਕਿ ਸਿੱਖਾਂ ਨੂੰ ਇੱਕ ਤੇ ਪੰਜਾਬ ਦੇ ਵਿੱਚ ਹੀ ਦਬਾਇਆ ਜਾਂਦਾ, ਤੇ ਦੂਜੀ ਗੱਲ ਤੁਸੀਂ ਜਿਹੜੇ ਪੰਜਾਬ ਤੋਂ ਬਾਹਰ ਦੇ ਸਿੱਖਾਂ ਬਾਰੇ ਗੱਲ ਕੀਤੀ ਹੈ, ਉਹ ਇੱਕ ਬਹੁਤ ਹੀ ਪ੍ਰਸ਼ੰਸਾਯੋਗ ਗੱਲ ਹੈ ਜੀ। ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੂੰਗਾ, ਐਜ਼ ਏ ਹਾਈ ਸਕੂਲਰ, ਮੈਂ ਇਸ ਸਾਲ ਹਾਈ ਸਕੂਲ ਤੋਂ ਗ੍ਰੈਜੂਏਟ ਹੋ ਰਿਹਾ, ਉਹ ਇਹ ਹੈ ਕਿ ਸਾਨੂੰ ਤੋਂ ਭਾਵ ਸਿੱਖਾਂ ਨੂੰ ਕਿਸੇ ਇੱਕ ਕਿਸੇ ਵੀ ਇੱਕ ਐਪੀ ਸੈਂਟਰ ਤੋਂ ਸ਼ਕਤ ਨਹੀਂ ਮਿਲਦੀ, ਸਾਨੂੰ ਕੋਈ ਸਹਾਰਾ ਨਹੀਂ ਜੀ, ਤੇ ਇਹ ਸਹਾਰਾ ਨਾ ਹੋਣ ਕਾਰਨ ਹੀ ਪੰਜਾਬ ਦੀ ਗੱਲ ਤੇ ਮੈਂ ਕਹੂੰਗਾ ਕਿ ਤੁਸੀਂ ਪਹਿਲੇ ਰੱਖ ਦਿਓ, ਕਿਉਂਕਿ ਜੇ ਪੰਜਾਬ ਹੀ ਸਾਨੂੰ ਉਹ ਸਹਾਰਾ ਪੋਲੀਟੀਕਲੀ ਸੋਸ਼ਲੀ ਇਕਨੋਮਿਕਲੀ ਨਹੀਂ ਮਿਲਦਾ ਤੇ ਅਸੀਂ ਬਾਹਰ ਸਾਨੂੰ ਐਕਸਪੈਕਟ ਨਹੀਂ ਕਰਨਾ ਚਾਹੀਦਾ, ਕਿਉਂਕਿ ਸਾਨੂੰ ਪੰਜਾਬ ਜਿੱਥੇ ਜਿਹੜਾ ਕਿ ਸਿੱਖਾਂ ਦਾ ਗੜ ਹੈ ਉਹ ਨਹੀਂ ਮਿਲਦਾ ਜੀ। ਇਹਦੇ ਵਿੱਚ ਮੈਂ ਕਹੂੰਗਾ ਕਿ ਪੋਲੀਟੀਕਲੀ ਬਹੁਤ ਵੱਡੀ ਸਾਨੂੰ ਨੁਕਸਾਨ ਆ, ਕਿਉਂਕਿ ਸਾਨੂੰ ਪੋਲੀਟਿਕਸ ਦੇ ਵਿੱਚ ਵੀ ਸਿੱਖਾਂ ਨੂੰ ਦਬਾਇਆ ਜਾਂਦਾ ਆ, ਜਿਹੜੇ ਸਹੀ ਮੈਨੇਜ ਸਿੱਖ ਨੇ, ਬਾਕੀ ਤੇ ਪਾਪੇ ਵਾਂਗੂ ਸ਼ੋ ਕਰਕੇ ਤੇ ਕਾਫੀ ਹੈਗੇ ਨੇ, ਪਰ ਰੀਅਲ ਮੈਨੇਜ ਵਿੱਚ ਜਿਹੜੇ ਸਿੱਖ ਕੌਮ ਦੀ ਅਸਲੀ ਲੜਾਈ ਚਾਹੁੰਦੇ ਨੇ, ਮਨ ਦੇ ਵਿੱਚ ਅਰਦਾਸ ਦੀ ਸੱਚੀ ਭਾਵਨਾ ਹੈ ਕਿ ਖਾਲਸਾ ਪੰਥ ਇੱਕ ਇਕੱਠਾ ਹੋਵੇ, ਉਹ ਉਹਨਾਂ ਨੂੰ ਹਮੇਸ਼ਾ ਦਬਾਇਆ ਜਾਂਦਾ ਆ। ਮੈਂ ਕਹੂੰਗਾ ਕਿ
ਕਿਉਂਕਿ ਪੰਜਾਬ ਦੇ ਵਿੱਚ ਉਹ ਭਾਵਨਾ ਮੁੱਕੀ ਹੈ, ਇਸ ਕਰਕੇ ਬਾਕੀ ਜਿਹੜਾ ਭਾਰਤ ਦੇਸ਼ ਆ ਠੀਕ ਹੈ ਉਹਦੇ ਵਿੱਚ ਵੀ ਠੀਕ ਹੈ। ਤੁਹਾਡਾ ਤੁਹਾਡਾ ਸੁਨੇਹਾ ਬਹੁਤ ਸਾਰਥਕ ਹੈ ਔਰ ਤੁਹਾਡਾ ਜਿਹੜੇ ਇਹ ਜਿਹੜਾ ਤੁਸੀਂ ਵਿਸ਼ੇ ਲਿਆ ਹੈ, ਅਸੀਂ ਜ਼ਰੂਰ ਤੁਹਾਡੇ ਨਾਲ ਅੱਗੋਂ ਵੀ ਇਹਦੇ 'ਤੇ ਗੱਲ ਕਰਨੀ ਚਾਹਵਾਂਗੇ, ਕਿਉਂਕਿ ਐਸੇ ਵਿਸ਼ੇ ਖਾਸ ਕਰਕੇ ਨੌਜਵਾਨ ਔਰ ਯੂਥ ਉਹਨਾਂ ਨੂੰ ਅਗਵਾਈ ਕਿੱਦਾਂ ਮਿਲੇ, ਉਹ ਕਿੱਦਾਂ ਪ੍ਰੇਰਿਤ ਹੋਣ, ਕਿੱਦਾਂ ਆਪਣੇ ਵਿਰਸੇ ਨਾਲ ਜੁੜਨ, ਇਹ ਇੱਕ ਬਹੁਤ ਵੱਡਾ ਮਸਲਾ ਹੈ, ਸਵਾਲ ਨਹੀਂ ਇੱਕ ਮਸਲਾ ਹੈ ਜਿਹਦੇ 'ਤੇ ਅਸੀਂ ਖਾਸ ਗੱਲ ਕਰਨੀ ਚਾਹਵਾਂਗੇ, ਪਰ ਉਹਦੇ ਲਈ ਵਿਸ਼ੇਸ਼ ਪ੍ਰੋਗਰਾਮ ਕਰਾਂਗੇ। ਬਹੁਤ ਬਹੁਤ ਧੰਨਵਾਦ। ਹੈਲੋ, ਤੁਸੀਂ ਟੀਵੀ ਦੀ ਆਵਾਜ਼ ਬੰਦ ਕਰਕੇ ਗੱਲ ਕਰੋ। ਹੈਲੋ ਭਾਈ ਸਾਹਿਬ, ਤੁਸੀਂ ਟੀਵੀ ਦੀ ਆਵਾਜ਼ ਬੰਦ ਕਰੋਗੇ ਤੇ ਤੁਹਾਡੀ ਆਵਾਜ਼ ਆਏਗੀ, ਨਹੀਂ ਤੇ ਸਾਨੂੰ ਲਾਈਨ ਕੱਟਣੀ ਪੈਣੀ ਹੈ। ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਜੀ? ਹਾਂਜੀ ਮੈਂ ਬੋਲ ਰਿਹਾ ਜੀ। ਹਾਂਜੀ ਦੱਸੋ ਵੀਰ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਮੈਂ ਇਹੀ ਕਹਿਣਾ ਚਾਹੁੰਦਾ ਵੀ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਆ ਜੀ। ਤੁਸੀਂ ਟੀਵੀ ਦੀ ਆਵਾਜ਼ ਬੰਦ ਕਰ ਲਓ, ਮੇਰਾ ਪ੍ਰੋਗਰਾਮ ਹੋਰ ਸੋਹਣਾ ਹੋ ਜਾਏਗਾ, ਪਰ ਤੁਸੀਂ ਅਗਰ ਟੀਵੀ ਦੀ ਆਵਾਜ਼ ਬੰਦ ਨਹੀਂ ਕਰੋਗੇ ਤੇ ਜੀ। ਹੈਲੋ, ਹਾਂਜੀ ਹਾਂਜੀ, ਆ ਰਹੀ ਹੈ ਤੁਹਾਡੀ ਆਵਾਜ਼। ਮੈਂ ਤੁਹਾਨੂੰ ਇਹੀ ਗੁਜ਼ਾਰਿਸ਼ ਕਰਨੀ ਹੈ, ਰਿਕੁਐਸਟ ਹੈ, ਮਤਲਬ ਮੇਰੀ ਇੱਕ ਤੁਹਾਡਾ ਪ੍ਰੋਗਰਾਮ ਤਾਂ ਬਹੁਤ ਸੋਹਣਾ ਆ। ਹਾਂ, ਜੇ ਤੁਹਾਨੂੰ ਕੋਈ ਕਾਲਰ ਕਿਸੇ ਵਿਸ਼ੇ ਤੇ ਗੱਲ ਕਰਦਾ ਆ। ਹੈਲੋ, ਤੁਹਾਡੀ ਆਵਾਜ਼ ਸੁਣ ਰਹੇ ਹਾਂ, ਤੁਸੀਂ ਆਪਣੀ ਗੱਲ ਕਹੋ ਜੋ ਕਹਿਣੀ ਚਾਹੁੰਦੇ ਹੋ, ਕਾਫੀ ਦੇਰ ਹੋ ਗਈ, ਤੁਸੀਂ ਦੱਸੋ ਕੀ। ਕੱਲ ਇੱਕ ਸੱਜਣ ਨੇ ਕਾਲ ਕੀਤੀ ਸੀ, ਤੁਸੀਂ ਉਹਦਾ ਫੋਨ ਉਹਨੇ ਕੱਟਤਾ। ਭਾਈ ਸਾਹਿਬ, ਗੱਲ ਇਹ ਹੈ ਕਿ ਆਪ ਨੂੰ ਪਤਾ ਹੋਏਗਾ ਬਿਲਕੁਲ ਟਾਈਮ ਖਤਮ ਹੋ ਗਿਆ ਸੀ 9:30 ਤੇ, ਜੇ 9 ਨਹੀਂ ਇਹ ਗੱਲ, ਮੈਂ ਤੁਹਾਨੂੰ ਬੇਨਤੀ ਕੀਤੀ ਕਿ ਐਸੀ ਗੱਲ ਨਹੀਂ, ਜੋ ਕਹਿਣਾ ਚਾਹੁੰਦੇ ਹੋ ਤੁਸੀਂ ਕਹਿ ਸਕਦੇ ਹੋ ਮੁੱਦੇ ਦੇ ਉੱਤੇ, ਉਹਦੇ 'ਚ ਜੋ ਕਹਿਣਾ ਚਾਹੋ, ਪਰ ਉਸ ਵੇਲੇ ਟਾਈਮ ਹੋ ਗਿਆ ਸੀ। ਤੁਸੀਂ ਅੱਜ ਦੇ ਇਸ ਮੁੱਦੇ ਤੇ ਕੁਝ ਕਹਿਣਾ ਚਾਹੁੰਦੇ ਹੋ? ਨਹੀਂ, ਮੈਂ ਮੁੱਦੇ ਤੇ ਕੁਝ ਨਹੀਂ ਕਹਿਣਾ ਚਾਹੁੰਦਾ, ਮੈਂ ਸਿਰਫ ਇਹ ਕਹਿੰਦਾ ਕਿ ਤੁਹਾਡੇ ਲੋਕੀ ਤੁਹਾਨੂੰ ਸੁਝਾਅ ਦਿੰਦੇ ਆ, ਪਰ ਤੁਸੀਂ ਉਹਨਾਂ ਦੇ ਵਿਚਾਰ ਸੁਣੋ। ਅਸੀਂ ਅੱਜ ਕੀ ਸੁਝਾਅ ਹੈ ਤੁਹਾਡਾ, ਸੁਣ ਲਿਆ ਤੁਹਾਡਾ ਸੁਝਾਅ? ਕੋਈ ਸੁਝਾਅ ਨਹੀਂ, ਮੈਂ ਸਿਰਫ ਇਹੀ ਕਹਿੰਦਾ ਵੀ ਜੋ ਵੀ ਤੁਹਾਨੂੰ ਕੋਈ ਕਾਲਰ ਕੋਈ ਕਾਲ ਕਰਦਾ, ਠੀਕ ਹੈ, ਇੱਕਦਮ ਨਾ ਕੱਟੋ। ਠੀਕ, ਠੀਕ ਹੈ ਜੀ, ਓਕੇ ਜੀ, ਠੀਕ ਠੀਕ ਹੈ ਜੀ, ਮਿਹਰਬਾਨੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਹਾਂਜੀ ਰਾਜਕੁਮਾਰ ਜੀ, ਹਾਂਜੀ ਹਾਂਜੀ, ਹੁਕਮ ਕਰੋ ਰਾਜਕੁਮਾਰ ਜੀ, ਕੀ ਕਹਿਣਾ ਚਾਹੁੰਦੇ? ਇਰਸ਼ਾਦ ਜੀ, ਬਾਬਾ ਰਾਮਦੇਵ ਦੀ ਜੋ ਗੱਲ ਕੀਤੀ ਹੈ, ਇਹ ਸਾਰੀਆਂ ਪਾਰਟੀਆਂ ਜਿਹੜੀਆਂ ਸਿਆਸੀ ਪਾਰਟੀਆਂ ਆਪਣੇ ਆਪਣੇ ਰਾਸ਼ਟਰ ਸਿੱਖਣੇ ਚਾਹੁੰਦੀਆਂ ਆ ਜੀ, ਉਹ ਤੁਹਾਨੂੰ ਵੀ ਪਤਾ, ਤੁਹਾਨੂੰ ਵੀ ਪਤਾ, ਬਾਕੀ ਗੱਲ ਕੀਤੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ, ਉਹ ਅੱਖਾਂ ਵੀ ਹਨ ਤੇ ਤੁਸੀਂ ਕਹਿੰਦੇ ਵੀ ਸੁੱਤੇ ਵੀ ਹਨ, ਅੱਖਾਂ ਵੀ ਨਹੀਂ ਤੇ ਸੁੱਤੇ ਵੀ ਆ। ਮੈਂ ਉਹਨਾਂ ਦੀ ਗੱਲ ਨਹੀਂ, ਮੈਂ ਸਾਡੇ ਆਪਣੇ ਬਾਰੇ ਕਹਿ ਰਿਹਾ, ਮੈਂ ਸਾਡਾ ਵੀ ਇਹੀ ਹਾਲ ਜੀ, ਮੈਂ ਇਹ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸਮਝਦੀ ਆ ਕਿ ਸਾਡੀ ਲਿਮਿਟ ਪੰਜਾਬ ਤੱਕ ਹੀ ਆ ਤੇ ਅਕਾਲੀ ਸ਼੍ਰੋਮਣੀ ਅਕਾਲੀ ਦਲ ਤੱਕ ਹੀ ਆ। ਨਹੀਂ ਇਹ ਨਹੀਂ ਸਮਝ ਰਹੇ ਉਹ ਜੀ, ਇਹ ਮੈਂ ਕਹੂੰਗਾ, ਮੈਂ ਬੇਨਤੀ ਕਰੂੰਗਾ ਕਿ ਜੇ ਕਸ਼ਮੀਰ ਵਿੱਚ ਸਾਡੇ ਪੰਜਾਬ ਦੇ ਨਾਲ ਲੱਗਦੇ ਕੁਛ ਇਲਾਕੇ ਦੇ ਵਿੱਚ ਇੰਨੇ ਸਾਰੇ ਵੱਡੇ ਪੰਜਾਬੀ ਪੰਚਾਇਤਾਂ ਬਣਾ ਕੇ ਕਾਮਯਾਬ ਹੋ ਸਕਦੇ ਆ ਜੀ, ਤੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਿਉਂ ਅੱਖਾਂ ਮੀਟੀ ਤੇ ਸੁੱਤੀ ਪਈ ਆ ਉੱਥੇ ਅੱਖਾਂ ਹੁੰਦੀਆਂ ਹੋਇਆ ਜੀ, ਉਹਨਾਂ ਨੂੰ ਸੰਪਰਕ ਉੱਥੇ ਹੀ ਕਰਨਾ ਚਾਹੀਦਾ, ਉੱਥੇ ਉਹਨਾਂ ਨੂੰ ਵੀ ਮੈਂਬਰ ਬਣਾਉਣੇ ਚਾਹੀਦੇ ਆ। ਮੈਂ ਤਾਂ ਮੈਂਬਰ ਵੀ ਨਹੀਂ, ਪਰ ਫਿਰ ਵੀ ਮੈਂ ਸਿੱਖੀ ਬਾਰੇ ਸੋਚਦਾ ਕਿਉਂਕਿ ਮੈਂ ਸਿੱਖ ਸਵਾਦ ਵਿੱਚ ਪੈਦਾ ਹੋਇਆ। ਠੀਕ ਹੈ, ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਰਾਜਕੁਮਾਰ ਜੀ, ਜਿਹੜਾ ਤੁਸੀਂ ਸੁਨੇਹਾ ਦਿੱਤਾ, ਤੁਸੀਂ ਇਹ ਕਹਿ ਕੇ ਉਹਨਾਂ ਦੀਆਂ ਅੱਖਾਂ ਨਹੀਂ ਪਰ ਉਹਨਾਂ ਦੇ ਕੰਨ ਜ਼ਰੂਰ ਸਲਾਮਤ ਹੈ, ਤੁਹਾਡੀ ਗੱਲ ਸੁਣ ਰਹੇ ਹੈ ਔਰ ਉਹ ਉਸ ਦੇ 'ਤੇ ਜ਼ਰੂਰ ਅਮਲ ਕਰਨਗੇ। ਧੰਨਵਾਦ। ਹੈਲੋ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਜੀ? ਮੈਂ ਦਿਲਜੀਤ ਸਿੰਘ ਤਰਲ ਕੈਲੀਫੋਰਨੀਆ ਤੋਂ ਬੋਲ ਰਿਹਾ ਜੀ। ਹਾਂਜੀ ਹੁਕਮ ਕਰੋ ਸਰ।
ਹਾਂਜੀ, ਬੇਨਤੀ ਇਹ ਹੈ ਜੀ ਵੀ ਆਪ ਜੀ ਨੇ ਸੁਝਾਅ ਦਿੱਤਾ ਸੀ ਵੀ ਜਿਹੜੀ ਸ਼੍ਰੋਮਣੀ ਕਮੇਟੀ ਦੇ ਨਾਲ ਬਾਹਰਲੇ ਸਿੱਖਾਂ ਦਾ ਕੋਈ ਬਹੁਤਾ ਤਾਲਮੇਲ ਜਾਂ ਉਹਨਾਂ ਦਾ ਕਨੈਕਸ਼ਨ ਜਿਹੜਾ ਆ ਨਹੀਂ ਰਹਿੰਦਾ। ਮੇਰਾ ਸੁਝਾਅ ਇਹਦੇ ਬਾਰੇ ਅੱਗੇ ਵੀ ਮੈਂ ਇੱਕ ਵਾਰ ਦਿੱਤਾ ਸੀ ਜੀ, ਤੇ ਸਾਨੂੰ ਜਿੰਨੇ ਵੀ ਹਿੰਦੁਸਤਾਨ ਦੀਆਂ ਸਟੇਟਾਂ ਵਿੱਚ ਨਿਕੋਬਾਰ, ਇੰਡੋਮਾਨ ਵਗੈਰਾ ਜਿੰਨੀਆਂ ਸਟੇਟਾਂ, ਸਾਰੀਆਂ ਸਟੇਟਾਂ ਦੇ ਸਿੱਖਾਂ ਨੂੰ ਤੇ ਬਾਹਰ ਤੇ ਜਿੱਥੇ ਵੀ ਦੁਨੀਆਂ 'ਚ ਸਿੱਖ ਬਣਦੇ ਆ ਜੀ, ਸਾਰਿਆਂ ਨੂੰ ਇੱਕ ਨੈਸ਼ਨਲ ਸ਼੍ਰੋਮਣੀ ਕਮੇਟੀ ਜਿਹੜੀ ਬਰਾਬਰ ਦੂਸਰੀ ਸ਼੍ਰੋਮਣੀ ਕਮੇਟੀ ਦੇ ਬਰਾਬਰ ਖੜੀ ਹੋ ਜੀ ਜੀ, ਉਹ ਕਮੇਟੀ ਦੂਸਰੀ ਬਰਾਬਰ ਕਮੇਟੀ ਦੇ ਸਾਰੇ ਦੁਨੀਆਂ ਦੇ ਸਿੱਖਾਂ ਦੇ ਮਸਲੇ ਜਿਹੜੇ ਆ ਉੱਥੇ ਉਠਾਏ ਜਾਣ ਜੀ। ਉਹ ਤੇ ਸਿਰਫ ਅੰਮ੍ਰਿਤਸਰ ਬੈਠੇ ਇਕੱਲੇ ਅੰਮ੍ਰਿਤਸਰ ਦੇ ਮਸਲਿਆਂ ਨੂੰ ਨੀ ਹੱਲ ਕਰ ਸਕਦੇ ਤੇ ਦੂਸਰੇ ਉਹ ਇਸ ਕਰਕੇ ਉਹਨਾਂ ਨੂੰ ਬਰਾਬਰ ਕਹਿਣ ਵਾਲਾ ਨੀ, ਇਸ ਕਰਕੇ ਕੋਈ ਵੀ ਉਹਦੇ ਵੱਲ ਧਿਆਨ ਨਹੀਂ ਦਿੱਤਾ ਜੀ ਜੀ। ਤੁਹਾਡਾ ਸੁਝਾਅ ਬੜਾ ਸਾਰਥਕ ਹੈ, ਅੰਤਰਰਾਸ਼ਟਰੀ ਪੱਧਰ ਤੇ ਕੋਈ ਬਹੁਤ ਵੱਡੀ ਕਮੇਟੀ ਬਣਨੀ ਚਾਹੀਦੀ ਹੈ, ਪਰ ਅਗਰ ਸ਼ਾਇਦ ਆਪ ਨੂੰ ਯਾਦ ਹੋਏਗਾ 3-4 ਵਾਰੀ ਐਸਾ ਉਪਰਾਲਾ ਹੋ ਚੁੱਕਾ ਹੈ ਵਰਲਡ ਸਿੱਖ ਕਨਵੈਨਸ਼ਨ ਬਣਾਉਣ ਦਾ, ਹੋਰ ਵੀ ਕਈ ਵਾਰ, ਔਰ ਇਸ ਤੋਂ ਪਹਿਲਾਂ ਚੀਫ ਖਾਲਸਾ ਦੀਵਾਨ ਦਾ ਵੀ ਇਹੀ ਰੋਲ ਸੀ ਜਿਹੜੇ ਸਾਰੇ ਸੰਸਾਰ ਦੇ ਸਿੱਖਾਂ ਨੂੰ, ਪਰ ਉਹ ਕਾਮਯਾਬ ਨਹੀਂ ਹੋਇਆ। ਕਾਰਨ ਕੀ ਹੈ ਉਹ ਜੀ? ਸ਼੍ਰੋਮਣੀ ਕਮੇਟੀ ਨੇ ਆਪਣਾ ਫੰਡ ਉਹਨਾਂ ਕੋਲ ਹੈਗਾ ਉਹਦੀ ਖੁੱਲੀ ਵਰਤੋਂ ਕਰਦੇ ਨੇ, ਜਿਹੜੇ ਬੰਦੇ ਬਾਹਰ ਬੈਠੇ ਨੇ ਉਹ ਵੀ ਇਸ, ਉਹਨਾਂ ਦਾ ਵੱਖਰਾ ਫੰਡ ਹੋਵੇ ਇੰਟਰਨੈਸ਼ਨਲ ਕਮੇਟੀ, ਪਹਿਲੇ ਫੰਡ ਬਣਾਇਆ ਜਾਵੇ, ਚਲੋ ਉਹ ਬੰਦਿਆਂ ਨੂੰ ਤਨਖਾਹਾਂ ਦਿੱਤੀਆਂ ਜਾਏ, ਕਿਉਂਕਿ ਹਰ ਬੰਦੇ ਦੀਆਂ ਲੋੜਾਂ ਨੇ, ਕੋਈ ਵੀ ਉਸ ਤਰ੍ਹਾਂ ਏਡੀ ਦੂਰ ਜਾ ਕੇ ਇਸ ਤਰ੍ਹਾਂ ਪ੍ਰਬੰਧ ਹੋ ਸਕਦਾ, ਸਾਰਿਆਂ ਵਾਸਤੇ ਫੰਡ ਇਕੱਠਾ ਹੋਵੇ, ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਣ ਤਾਂ ਕਿ ਉਹ ਫਰਜ਼ ਦੀ ਨਾ ਜ਼ੋਰ ਸ਼ੋਰ ਨਾਲ ਕੰਮ ਕਰਨ ਤੇ ਚੱਲ ਚੱਲ ਸਕਦਾ ਹੈ। ਮੌਕਤ ਦੇ ਕੰਮ ਵਿੱਚ ਇਸ ਤਰ੍ਹਾਂ ਕਰਨਾ ਹਰ ਬੰਦੇ ਲਈ ਔਖਾ ਹੈਗਾ, ਕਿਉਂਕਿ ਹਲਦੀਆਂ ਲੋੜਾਂ ਬਹੁਤ। ਠੀਕ ਹੈ, ਬਿਲਕੁਲ ਸਹੀ ਹੈ ਤੁਹਾਡਾ ਸੁਝਾਅ, ਪਰ ਜਿੰਨੀ ਦੇਰ ਤੱਕ ਇਹ ਨਹੀਂ ਹੁੰਦਾ ਕੋਈ ਐਸਾ ਕੰਮ ਨਹੀਂ ਹੁੰਦਾ, ਘੱਟੋ ਘੱਟ ਇੱਕ ਕੰਮ ਤਾਂ ਹੋ ਸਕਦਾ, ਹਰ ਸਿੱਖ ਜਿੱਥੇ ਵੀ ਬੈਠਾ ਹੈ ਉਹ ਆਪਣੇ ਆਪ ਨੂੰ ਉਹਨਾਂ ਦਾ ਦੂਤ ਸਮਝੇ, ਪੰਜਾਬ ਦਾ ਗੁਰੂ ਦਾ ਦੂਤ ਸਮਝ ਕੇ, ਐਂਬੈਸਡਰ ਸਮਝ ਕੇ ਕੰਮ ਕਰੇ, ਔਰ ਇਹ ਸਮਝੇ ਕਿ ਮੈਂ ਇੱਥੇ ਗੁਰੂ ਦਾ ਨੁਮਾਇੰਦਾ, ਔਰ ਉਹ ਸਮਝ ਕੇ ਅਗਰ ਕਰੇ ਤਾਂ ਇੱਕ ਬਹੁਤ ਵੱਡਾ ਮਰਹਲਾ ਤੈਅ ਹੋ ਸਕਦਾ। ਬਹੁਤ ਬਹੁਤ ਧੰਨਵਾਦ। ਹੈਲੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਜੀ? ਪਿਆਰਾ ਸਿੰਘ ਬੋਲ ਰਿਹਾ ਜੀ, ਮਿਸਟਰ ਪੀ ਤੋਂ ਜੀ। ਪਿਆਰਾ ਸਿੰਘ ਜੀ, ਹਾਂਜੀ, ਗੁਰੂ ਪਿਆਰੇ ਦੇ ਰਹੇ ਸੀ ਸੁਝਾਅ ਜੀ, ਮੇਰੀ ਵੀ ਉਹੀ ਫਿਰ ਰਾਏ ਹੈ, ਪਹਿਲਾਂ ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ ਜੀ, ਸਰੋਤਿਆਂ ਨੂੰ ਇਹ ਸੁਨੇਹਾ ਦੇਣਾ ਕਿ ਸਾਰੇ ਸੰਸਾਰ ਵਿੱਚ ਇੱਕ ਸਿਰਮੌਰ ਜਥੇਬੰਦੀ, ਉਹ ਜਥੇਬੰਦੀ ਦੇ ਜਿਹੜੇ ਮੈਂਬਰ ਹੈ ਇੱਕ ਤੇ ਗੁਰਮਤ ਵਿੱਚ ਪੂਰੇ ਹੋਣੇ ਚਾਹੀਦੇ, ਸਿੱਖ ਪੰਥ ਦੇ ਨਾਲ ਉਹਨਾਂ ਦਾ ਕੋਈ ਲਗਾਓ, ਕੋਈ ਸਿੱਖ ਪੰਥ ਦਾ ਦਰਦ ਹੋਣਾ ਚਾਹੀਦਾ ਜੀ ਜੀ ਜੀ, ਉਹ ਜਿਹੇ ਬੰਦੇ ਹੋਣੇ ਚਾਹੀਦੇ, ਟੋਟਲ ਨਹੀਂ ਹੋਣਾ ਚਾਹੀਦਾ ਵੀ ਠੀਕ ਹੈ ਵੀ ਮੈਂਬਰ ਹੈ ਵੀ ਮੈਂਬਰ, ਠੀਕ ਹੈ ਠੀਕ ਹੈ, ਉਹ ਜੀ ਪਰਖ ਪਰਚੋਲ ਕਰਕੇ ਉਹ ਸਿਰਮੌਰ ਜਥੇਬੰਦੀ ਕੰਮ ਕਰੇ, ਠੀਕ ਹੈ ਠੀਕ ਹੈ, ਉਹਦੀ ਕੁਆਲੀਫਿਕੇਸ਼ਨ ਜਿਹੜੀ ਹੈ ਉਹਨਾਂ ਦੀ ਮੈਕਸੀਮਮ ਕੁਆਲੀਫਿਕੇਸ਼ਨ ਹੋਣੀ ਚਾਹੀਦੀ, ਔਰ ਉਹਦਾ ਆਪਸ ਵਿੱਚ ਕਿਵੇਂ ਲਿੰਕ ਬਣਨਾ, ਔਰ UN ਤੱਕ ਕਿਵੇਂ ਲਿੰਕ ਬਣਨਾ, ਉਹਨਾਂ ਦਾ ਹੈੱਡਕੁਆਰਟਰ ਵੱਖਰਾ। ਮੈਨੂੰ ਲੱਗਦਾ ਹੈ ਇਹ ਆਪ ਦਾ ਸੁਝਾਅ ਜਿਹੜਾ ਕਿਸੇ ਵੇਲੇ ਅਸੀਂ ਵੱਖਰਾ ਪ੍ਰੋਗਰਾਮ ਲੈ ਕੇ ਵਿਸਥਾਰ ਸਹਿਤ ਆਪ ਨਾਲ ਜ਼ਰੂਰ ਗੱਲ ਕਰਾਂਗੇ। ਬਹੁਤ ਬਹੁਤ ਧੰਨਵਾਦ, ਜਗਾਓ ਸਾਰਿਆਂ ਨੂੰ ਬਸ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ, ਮੈਂ ਇਸ ਕਰਕੇ ਦੁਬਾਰਾ ਕਹਿ ਰਿਹਾ ਜਗਾਓ। ਓਕੇ ਓਕੇ ਜੀ, ਠੀਕ ਹੈ ਜੀ, ਸ਼ੁਕਰੀਆ, ਵਾਜੀ ਫਤਿਹ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਮੈਂ ਜੀ ਗੁਰਿੰਦਰਪਾਲ ਸਿੰਘ ਬੋਲ ਰਿਹਾ ਜੀ। ਕਿੱਥੋਂ ਵੀਰ ਜੀ? ਅਸੀਂ ਜੀ ਸਕਨੈਕਟਡੀ
ਹਾਂਜੀ ਹੁਕਮ ਕਰੋਗੇ, ਦੱਸੋ ਕੀ ਕਹਿਣਾ ਚਾਹੁੰਦੇ। ਗੱਲ ਸੁਣੀ ਜਾਂਦਾ ਕਹਿੰਦਾ ਜਾਂਦਾ ਸੀ ਕਿ ਜਿਹੜੀ SGPC ਹੈ ਜੀ ਇਹ ਸਾਰੇ ਮੁਲਕ ਦੇ ਵਿੱਚ ਚਾਹੀਦੀ ਹੈ ਇੱਕ ਜੀ, ਜਾਂ ਸਾਰੀ ਦੁਨੀਆ ਦੇ ਵਿੱਚ ਨਾ ਹੋਵੇ ਤਾਂ ਹਿੰਦੁਸਤਾਨ ਦੇ ਵਿੱਚ ਚਾਹੀਦੀ ਹੈ। ਇੱਕ ਵਾਰੀ ਇਹ ਹੋਇਆ ਵੀ ਸੀ, ਮਤਾ ਵੀ ਪਾਸ ਹੋਇਆ ਸੀ ਜੀ, ਸਾਰੇ ਜਿੰਨੇ ਵੀ ਜਥੇਦਾਰ ਸੀ ਪਟਨਾ ਸਾਹਿਬ ਦੇ, ਹਜ਼ੂਰ ਸਾਹਿਬ ਦੇ, ਇਹਨਾਂ ਨੇ ਸਭ ਨੇ ਕਰ ਲਿਆ ਸੀ, ਪਰ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਨੇ ਮੇਰਾ ਗੱਲ ਮੰਨੇ। ਮੇਰਾ ਖਿਆਲ ਹੈ ਤੁਹਾਡੀ ਜਾਣਕਾਰੀ ਕਾਫੀ ਤੁਹਾਨੂੰ ਜਾਣਕਾਰੀ ਹੈ ਪਰ ਸਹੀ ਜਾਣਕਾਰੀ ਨਹੀਂ ਹੈ। ਆਲ ਇੰਡੀਆ ਗੁਰਦੁਆਰਾ ਐਕਟ ਦੀ ਮੰਗ ਸ਼ੁਰੂ ਤੋਂ ਹੀ ਹੈ, ਜਦੋਂ ਤੋਂ ਸਿੱਖ ਗੁਰਦੁਆਰਾ ਐਕਟ ਦੀ ਮੰਗ ਸ਼ੁਰੂ ਹੋਈ ਸੀ, ਤਾਂ ਕਿ ਸਾਰੇ ਵਿਸ਼ਵ ਦੇ ਗੁਰਦੁਆਰਿਆਂ ਦੀ ਇੱਕ ਰਹਿਤ ਮਰਿਆਦਾ ਹੋ ਸਕੇ, ਇੱਕ ਮਰਿਆਦਾ ਹੋਏ, ਇਹਦੇ ਲਈ ਇੱਕ ਮੰਗ ਸੀ ਕਿ ਸਾਰੇ ਵਿਸ਼ਵ ਦਾ ਬਣਨਾ ਚਾਹੀਦਾ। ਔਰ ਆਲ ਇੰਡੀਆ ਗੁਰਦੁਆਰਾ ਐਕਟ ਦੇ ਲਈ ਜਸਟਿਸ ਹਰਬੰਸ ਸਿੰਘ ਜੀ ਦੀ ਅਗਵਾਈ ਵਿੱਚ 1965 ਦੇ ਵਿੱਚ ਇੱਕ ਕਮੇਟੀ ਬਣੀ ਸੀ, ਉਹਨਾਂ ਨੇ ਕਾਫੀ ਸਾਲ ਲਗਾ ਕੇ ਉਹਦਾ ਖਰੜਾ ਤਿਆਰ ਕੀਤਾ, ਉਹ ਰੱਦੀ ਦੀ ਟੋਕਰੀ ਚਲਾ ਗਿਆ। ਦੁਬਾਰਾ ਫਿਰ ਉਹਨਾਂ ਨੇ 1990 ਦੇ ਵਿੱਚ ਫਿਰ ਦੁਬਾਰਾ ਤਿਆਰ ਕੀਤਾ, ਉਹ ਕਾਫੀ ਉਹਦੇ ਵਿੱਚ ਕੰਟਰੋਵਰਸ਼ੀਅਲ ਕਲੋਜ਼ ਸੀ ਜਿਹਦੇ ਕਰਕੇ ਉਹ ਫਿਰ ਰੱਦ ਹੋ ਗਿਆ। ਤੀਸਰੀ ਵਾਰ ਭਾਰਤ ਸਰਕਾਰ ਦੇ ਅਧੀਨ ਜਿਹੜਾ ਇਹ ਸਾਰਾ ਹੋਮ ਮਿਨਿਸਟਰੀ ਦਾ ਸੀ, ਔਰ ਇਹਦੇ ਵਿੱਚ ਜਸਟਿਸ KS ਟਿਵਾਣਾ ਉਹਨਾਂ ਦੀ ਅਗਵਾਈ ਵਿੱਚ ਫਿਰ ਇੱਕ ਪੈਨਲ ਬਣਿਆ ਔਰ ਉਹ ਦੁਬਾਰਾ ਖਰੜਾ ਹੋਇਆ, ਜਿਹਨੂੰ ਸ਼੍ਰੋਮਣੀ ਕਮੇਟੀ ਨੇ ਪ੍ਰਵਾਨ ਵੀ ਕਰ ਲਿਆ, ਸਰਕਾਰ ਨੂੰ ਭੇਜ ਵੀ ਦਿੱਤਾ। ਇਹ ਮਾਮਲਾ ਜਿਹੜਾ ਹੈ ਉਹ ਕੇਂਦਰ ਸਰਕਾਰ ਕੋਲ ਹੈ, ਪਰ ਕੇਂਦਰ ਸਰਕਾਰ, ਇਹ ਕਹਿਣ ਵਿੱਚ ਕੋਈ ਗੁਰੇਜ਼ ਨਹੀਂ, ਕੇਂਦਰ ਸਰਕਾਰ ਆਲ ਇੰਡੀਆ ਗੁਰਦੁਆਰਾ ਐਕਟ ਦੀ ਮੰਗ ਜਿਹੜੀ ਪ੍ਰਵਾਨ ਕੀਤੀ ਹੈ, ਜਿਹੜੀ ਕਿ ਅਨੰਦਪੁਰ ਜਿਹੜੀ ਇਹਨਾਂ ਦੇ ਲੌਂਗੋਵਾਲ ਅਕਾਰਡ ਵਿੱਚ ਵੀ ਹੈ, ਉਹ ਦੇਣ ਦੀ ਬਜਾਏ ਉਹਨਾਂ ਦੇ ਇੰਟੈਂਸ਼ਨ ਸ਼੍ਰੋਮਣੀ ਕਮੇਟੀ ਨੂੰ ਹੀ ਤੋੜਨ ਦੀ ਹੈ, ਤਾਂ ਕਿ ਉਸ ਨੂੰ ਵੀ ਟੁਕੜੇ ਟੁਕੜੇ ਕਰ ਦਿੱਤਾ ਜਾਏ, ਉਸ ਦੇ ਵਿੱਚ ਸਭ ਤੋਂ ਪਹਿਲਾਂ ਹਰਿਆਣੇ ਦਾ ਔਰ ਫਿਰ ਪੰਜਾਬ ਦੇ ਵੀ ਟੁਕੜੇ ਕਰ ਦਿੱਤੇ ਜਾਣ, ਬਲਕਿ ਉਸ ਤਾਕਤ ਨੂੰ ਹੋਰ ਘਟਾ ਦਿੱਤਾ ਜਾਏ। ਬਹੁਤ ਬਹੁਤ ਧੰਨਵਾਦ। ਸੋ ਦਰਸ਼ਕੋ, ਅੱਜ ਦਾ ਇਹ ਪ੍ਰੋਗਰਾਮ, ਇਹ ਮੁੱਦਾ ਤੁਹਾਨੂੰ ਕਿੱਦਾਂ ਦਾ ਲੱਗਾ? ਤੁਸੀਂ ਸਾਨੂੰ info@justpunjabi.com, lamba@justpunjabi.com ਦੇ ਉੱਤੇ ਤੁਸੀਂ ਸਾਨੂੰ ਆਪਣੇ ਵਿਚਾਰ ਭੇਜ ਸਕਦੇ ਹੋ, ਔਰ ਇੱਕ ਹੋਰ ਪ੍ਰੋਗਰਾਮ ਲੈ ਕੇ ਅਗਲੇ ਬੁੱਧਵਾਰ ਨੂੰ ਫਿਰ ਹਾਜ਼ਰ ਹੋਵਾਂਗੇ ਈਸਟਰਨ ਟਾਈਮ 8:30 ਵਜੇ। ਅਤੇ ਤਦ ਤੱਕ ਇਜਾਜ਼ਤ ਦਿਓ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ।